ਕਜ ਬੰਦਨ ਪਗ ਪੰਕਜ ਬੰਦਨ ਸਿਮਰਉ ਅੰਗਦ ਦਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਗੁਰ ਹਿਰਦੈ ਧਿਆਮੁ ਸ਼੍ਰੀ ਗੁਰੂ ਰਾਮਦਾਸ ਗੰਗਾ ਬੋ ਸ਼੍ਰੀ ਆਤਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ নমোকারি গুরু হর কৃষ্ণ মানয়ে বহো তেগ বহাদুর পরম কের পালা ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਤਰਾ ਪਰ ਪੁਨ ਪੁਨ ਸਿਸ਼ਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁraag ਏਕੰਕਾਰ ਸਤਗੁਰ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਹ ਹੈ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪੀਮ ਚੰਦ ਸੋਧ ਗੁਰੂ ਕੀ ਕਰਤ ਪ੍ਰਤੀਖਨ ਚੀਤ ਗਮਨਿਓ ਸ਼ਿਗਰ ਟੁਕਾਓ ਹਿਤ ਮਿਲਹਿ ਅਨਿਕ ਨਿਰਪਮੀਤ ਭੀਮ ਚੰਦ ਸੁਧ ਗੁਰੂ ਕੀ ਕਰਤ ਪ੍ਰਤੀਖਨ ਚੀਤ ਗਰੀਬ ਨਵਾਦ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰ ਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾ ਬਖਸ਼ਿਸ਼ਾਂ ਕਰਨ ਵਾਲੇ ਤਨ ਤਨ ਅੰਤਰਜਾਮੀ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏ ਮਾਨ ਗੁਰੂ ਜੀ ਦੀ ਪਿਆਰੀ ਸਾਜਿਨਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਰਸ ਪਿੰਨਾ ਕੀਰਤਨ ਭਾਈ ਕੁਲਵੰਤ ਸਿੰਘ ਜੀ ਜੋਧਪੁਰੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਜੀ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸੀਗੇ ਆਪ ਜੀ ਨੇ ਸ਼ਬਦ ਸਰਵਣ ਕੀਤਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨਾ ਲੱਗਈ ਬਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕ ਲਿਬ ਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭਏ ਸਹਾਈ ਸਹਾਈ ਇਹ ਸ਼ਬਦ ਆਪ ਜੀ ਨੂੰ ਬੜੇ ਹੀ ਪਿਆਰ ਨਾਲ ਭਾਈ ਸਾਹਿਬ ਦੀ ਸਰਵਣ ਕਰਵਾ ਰਹੇ ਸੀਗੇ ਆਓ ਹੁਣ ਲੜੀਵਾਰ ਕਥਾ ਵਿੱਚ ਸੁਰਤیاں ਜੋੜੀਏ ਸਾਰੀ ਸੰਗਤ ਪਿਆਰ ਵਿੱਚ ਆਓ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਅੰਤਰਜਾਮੀ ਬਾਜਾਂ ਵਾਲੇ ਫੌਜਾਂ ਵਾਲੇ ਅਨੰਦਪੁਰ ਸਾਹਿਬ ਵਾਲੇ ਪੌਂਟਸ ਸਹਿਬ ਵਾਲੇ ਹਜੂਰ ਸਹਿਬ ਵਾਲੇ ਦਮਦਮਾ ਸਹਿਬ ਵਾਲੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮਹਾਨ ਪਵਿੱਤਰ ਪਾਵਨ ਕਥਾ ਆਪ ਜੀ ਸੰਗਤ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਆ ਜਿੱਥੇ ਇਸ ਸਥਾਨ ਤੇ ਬੈਠ ਕੇ ਸੰਗਤਾਂ ਕਥਾ ਸਰਵਣ ਕਰਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਕਾਰੋਬਾਰ ਕਰਦੇ ਆ ਇਸ ਕਥਾ ਨੂੰ ਬੜੇ ਹੀ ਪਿਆਰ ਨਾਲ ਸਰਵਣ ਕਰਦੇ ਹਨ ਜੀ ਬੜੀ ਖੁਸ਼ੀ ਹੋਈ ਸੀ ਥੋੜੇ ਦਿਨ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਆ ਦਰਵਾਜ਼ੇ ਬੰਦ ਗਿਆਨੀ ਸੁਲਤਾਨ ਸਿੰਘ ਜੀ ਸ੍ਰੀ ਹਜੂਰ ਸਾਹਿਬ ਗਏ ਸੀਗੇ ਜੀ ਤਖਤ ਸੱਚਖੰਡ ਸ੍ਰੀ ਹਜੂਰ ਅਬਚਲਨਗਰ ਸਾਹਿਬ ਉਥੋਂ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਗਏ ਤੇ ਉਥੇ ਜਾ ਕੇ ਉਹਨਾਂ ਵੇਖਿਆ ਵੀ ਆਪਣੇ ਇਥੋਂ ਵਾਲੀ ਜਿਹੜੀ ਕਥਾ ਹੈ ਇਸ ਸਥਾਨ ਤੋਂ ਸਤਕਾਰਯੋਗ ਸਿੰਘ ਸਾਹਿਬ ਜੀ ਦੇ ਮਾਤਾ ਜੀ ਬੜੇ ਪਿਆਰ ਨਾਲ ਹਰ ਰੋਜ਼ ਹੀ ਸਰਵਣ ਕਰਦੇ ਨੇ ਜੀ ਬਹੁਤ ਪਿਆਰ ਵਾਲੀਆਂ ਰੂਹਾਂ ਗੁਰਮੁਖ ਰੂਹਾ ਮਹਾਰਾਜ ਦੇ ਕਥਾ ਨੂੰ ਸਰਵਣ ਕਰ ਰਹੇ ਹਨ ਇੱਥੇ ਵੇਖਣ ਨੂੰ ਤੇ ਭਾਵੇਂ ਥੋੜੇ ਜੀ ਲੱਗਦੇ ਐ ਪਰ ਬੇਅੰਤ ਸੰਗਤਾਂ ਬਾਹਰ ਵਿਦੇਸ਼ਾਂ ਵਿੱਚ ਸਰਵਣ ਕਰਦੀਆਂ ਹਨ ਜੀ ਧਰੋ ਮਹਾਰਾਜ ਦੇ ਤਰਨਾ ਦਾ ਧਿਆਨ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਗਰੀਬ ਨਵਾਜ ਮਹਾਰਾਜ ਪੌਂਟਾ ਸਾਹਿਬ ਸੱਜੇ ਹਨ ਭੇਮ ਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਸ਼੍ਰੀਨਗਰ ਪਹੁੰਚਣਾ ਹੈ ਜੀ ਸ਼੍ਰੀਨਗਰ ਤੇ ਗੜਵਾਲ ਇਹ ਇੱਕੋ ਹੀ ਥਾਂ ਦੇ ਦੋ ਨਾਮ ਨੇ ਜੀ ਬੈ ਗੁਰਮੁਖਾ ਨੇ ਮੈਨੂੰ ਦੱਸਿਆ ਗੜਵਾਲ ਤੇ ਸ਼੍ਰੀਨਗਰ ਇੱਕੋ ਥਾਂ ਦੇ ਇਹ ਸਾਧ ਸੰਗਤ ਜੀ ਦੋ ਨਾਮ ਨੇ ਜੀ ਉੱਥੇ ਪਹੁੰਚਣਾ ਹੈ ਬਰਾਤ ਲੈ ਕੇ ਪੌਂਟਾ ਸਾਹਿਬ ਰਸਤੇ ਵਿੱਚ ਬਾਜਾਂ ਵਾਲੇ ਸੱਚੇ ਪਾਤਸ਼ਾਹ ਬੈਠੇ ਆ। ਮਹਾਰਾਜ ਨੇ ਤੇ ਕੁਝ ਨਹੀਂ ਸੀ ਕਹਿਣਾ। ਪਰ ਭੀਮਚੰਦ ਆਪੇ بڑے ਫੁਰਨੇ ਬਣਾ ਬੈਠਾ। ਵੀ ਮਹਾਰਾਜ ਪਤਾ ਨਹੀਂ ਮੈਨੂੰ ਲੰਘਣ ਦੇਣ ਜਾਂ ਨਾ ਲੰਘਣ ਦੇਣ ਜੀ। ਨਾਲ ਦੇ ਰਾਜਿਆਂ ਨੇ ਹਮੇ ਵਾਲੇ ਬੋਲ ਬੋਲੇ ਜੀ। ਹੰਕਾਰ ਵਾਲੀ ਗੱਲ ਕੀਤੀ ਜੀ। ਰੱਬ ਮਾੜੇ ਤੋਂ ਮਾੜੇ ਬੰਦੇ ਨੂੰ ਪ੍ਰਵਾਨ ਕਰ ਲੈਂਦਾ ਜੀ। ਪਰ ਸਾਧ ਸੰਗਤ ਜੀ ਚੇਤਾ ਰੱਖਿਓ ਅਰਦਾਸ ਕਰਿਆ ਕਰੋ ਹੇ ਸੱਚੇ ਪਾਤਸ਼ਾਹ ਭੁੱਲ ਕੇ ਵੀ ਸਾਡੇ ਮੂੰਹੋਂ ਹੰਕਾਰ ਵਾਲੀ ਗੱਲ ਨਾ ਨਿਕਲੇ ਜੀ ਹੰਕਾਰ ਵਾਲੀ ਗੱਲ ਬੰਦਾ ਕਰ ਤੇ ਬੈਠਦਾ ਜੀ ਪਰ ਇਹ ਰਖਾ ਮੇ ਅੱਜਾ ਬੜਾ ਭੁਗਤਣਾ ਪੈਂਦਾ ਜੀ ਰੱਬ ਨੂੰ ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਹਉ ਮੈ ਨਹੀਂ ਚੰਗੀ ਲੱਗਦੀ ਹਰ ਜੂ ਅਹੰਕਾਰ ਨਾ ਭਾਵੇਂ। ਵੇਦ ਕੂਕ ਸੁਣਾਵੇਂ। ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਤੇ ਜੇ ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਤੇ ਜਿਹੜਾ ਬੰਦਾ ਹੰਕਾਰ ਕਰ ਰਿਹਾ ਉਹ ਪਰਮੇਸ਼ਰ ਨੂੰ ਕਿਵੇਂ ਭਾਵੇਗਾ ਜੀ? ਉਹ ਵਾਹਿਗੁਰੂ ਨੂੰ ਕਿਵੇਂ ਚੰਗਾ ਲੱਗੇਗਾ? ਇਸ ਕਰਕੇ ਸਾਧ ਸੰਗਤ ਜੀ ਡਰਦੇ ਰਹਿਣਾ ਚਾਹੀਦਾ ਹੈ। ਕਹਿੰਦੇ ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ ਬੋਲ ਬੰਦਾ ਜਦੋਂ ਮਾੜੇ ਬੋਲ ਬੈਠਦਾ ਹੈ ਤੇ ਮਾੜੇ ਬੋਲ ਸਾਥ ਸੰਗਤ ਜੀ ਬਹੁਤ ਦੂਰ ਤੱਕ ਬੰਦੇ ਦਾ ਪਿੱਛਾ ਨਹੀਂ ਛੱਡਦੇ ਜੀ ਜਿੰਨਾ ਚਿਰ ਤੱਕ ਬੰਦਾ ਸੱਚਖੰਡ ਦੀ ਨਾ ਪਹੁੰਚ ਜਾਂਦਾ ਜੀ ਉਹਨਾਂ ਚਿਰ ਤੱਕ ਇਹ ਮਾੜੇ ਬੋਲ ਬੰਦੇ ਦਾ ਖਹਿੜਾ ਨਹੀਂ ਛੱਡਦੇ ਜੀ ਰਾਜਿਆਂ ਨੇ ਬڑے ਹੰਕਾਰ ਵਾਲੀਆਂ ਗੱਲਾਂ ਕੀਤੀਆਂ। ਬੇ ਮਹਾਰਾਜ ਨੂੰ ਤੇ ਰਸਤੇ ਵਿੱਚ ਘੇਰ ਲੈਣਾ ਕੋਈ ਗੱਲ ਹੀ ਨਹੀਂ, ਕੋਈ ਚਿੰਤਾ ਹੀ ਨਹੀਂ। ਭੇਮਟਾਂ ਦੇ ਡਰਦਾ ਉਹਨੇ ਆਪਣਾ ਵਜ਼ੀਰ ਸੱਚੇ ਪਾਤਸ਼ਾਹ ਕੋ ਭੇਜਿਆ। ਵਜ਼ੀਰ ਜਦੋਂ ਆਇਆ ਉਹਨੇ ਮਾਹੌਲ ਵੇਖਿਆ। ਉਹਦੇ ਆਉਣ ਤੋਂ ਪਹਿਲਾਂ ਹੀ ਇਸ ਵਿਸ਼ੇ ਉੱਤੇ ਗੱਲ ਹੋ ਚੁੱਕੀ ਸੀਗੀ ਜੀ। ਹਰ ਅੰਤਰ ਜਾਮੀ ਸਭ ਬਿਦ ਜਾਣੈ। ਆਖੋ ਵਾਹਿਗੁਰੂ ਹਰ ਰੋਜ਼ ਨਿਤਨੇਮ ਵਿੱਚ ਜਦੋਂ ਆਪਾਂ ਪੜ੍ਹਦੇ ਆਂ ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕਰਦੇ ਤੇ ਪੜ੍ਹਦੇ ਆਂ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਸਾਧ ਸੰਗਤ ਜੀ ਮੇਰਾ ਵਾਹਿਗੁਰੂ ਅੰਤਰਜਾਮੀ ਹੈ ਵਾਹਿਗੁਰੂ ਦੇ ਰੂਪ ਨੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਰਾਜੇ ਉੱਥੇ ਬੈਠ ਕੇ ਜਿਹੜੀ ਗੱਲ ਕਰ ਰਹੇ ਨੇ ਉਹ ਗੁਰੂ ਸਾਹਿਬ ਨੂੰ ਆਪਣੇ ਆਸਣ ਉੱਤੇ ਪਤਾ ਲੱਗ ਰਹੀ ਹੈ ਮਹਾਰਾਜ ਕਹਿਣ ਲੱਗੇ ਉਹ ਕਹਿੰਦੇ ਆ ਵੀ ਟੱਕਰਾ ਕਰਕੇ ਜਾਣਾ ਹੈ ਅੱਗੇ ਬਰਾਤ ਖੜਨੀ ਹੈ ਹਾਵੇਂ ਵਾਲੀਆਂ ਗੱਲਾਂ ਕਰਦੇ ਆ ਹੁਣ ਬਰਾਤ ਤਾਂ ਉਹ ਹੀ ਲੰਗੇਗਾ ਇਧਰੋਂ ਜਿਹਦੇ ਦੋ ਸਿਰ ਨਹੀਂ ਅਜੇ ਬਚਨ ਹੋ ਹੀ ਰਹੇ ਸੀਗੇ ਵਜ਼ੀਰ ਆ ਗਿਆ ਜੀ ਵਜ਼ੀਰ ਨੇ ਹੱਥ ਜੋੜੇ ਲੱਗਾ ਲਲੀਆਂ ਕਰਨ ਆਪਣੀਆਂ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ ਮਹਾਰਾਜ ਤੁਹਾਨੂੰ ਤੇ ਰਾਜਾ ਪਿਆਰ ਹੀ ਬੜਾ ਕਰਦਾ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਜੀ ਉਹ ਫਿਰ ਕੱਲ ਤੁਸੀਂ ਸੁਣੇ ਜੀ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਕਹਿਣ ਲੱਗੇ ਆਪ ਹੋ ਰਾਜੇ ਦਇਆ ਵਜ਼ੀਰਾ ਚਿਰੰਕਾਲ ਮਹਿ ਪਹੁੰਚਿਓ ਤੀਰਾ ਬڑے ਲੰਮੇ ਸਮੇਂ ਬਾਅਦ ਆਇਆ ਕਹਿਣ ਲੱਗੇ ਉਹਨੇ ਨਾ ਦੀ ਛਾਲ ਕਪਟ ਵਾਲੀਆਂ ਜਦੋਂ ਗੱਲਾਂ ਸ਼ੁਰੂ ਕੀਤੀਆਂ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਇਹ ਗੱਲਾਂ ਛੱਡ ਇਹ ਦੱਸ ਰਾਜੇ ਕੀ ਕਹਿੰਦੇ ਸੀ ਲੜ ਕੇ ਅੱਗੇ ਨੰਗਣਾ ਸਾਡੇ ਤੋਂ ਆਖੋ ਸ੍ਰੀ ਵਾਹਿਗੁਰੂ ਉਹ ਕਹਿੰਦੇ ਸਾਡੇ ਨਾਲ ਲੜਨਾ ਤੇ ਉਹਨਾਂ ਨੂੰ ਕਹੋ ਤੁਸੀਂ ਬਰਾਤ ਬਣ ਕੇ ਆਏ ਹੋ ਅਸੀ ਵੀ ਤੁਹਾਡੇ ਵਾਸਤੇ ਜਲੇਬੀਆਂ ਤਿਆਰ ਰੱਖੀਆਂ ਨੇ ਸ਼ੱਕਰਪਾਰੇ ਤਿਆਰ ਰੱਖੇ ਆ ਕੇਵਰ ਤਿਆਰ ਰੱਖੇ ਆ ਤੇ ਵਰਤਾਵੇ ਵੀ ਬੜੇ ਹੈਗੇ ਆ ਜਲੇਬੀਆਂ ਕਿਹੜੀਆਂ ਜੀ ਅਮਾਰਾ ਕਹਿੰਦੇ ਖੱਪਰੇ ਤੀਰ ਜਲੇਬੀ ਕੱਢ ਕੇ ਰੱਖੇ ਆ ਬੰਦੂਕਾਂ ਚ ਪਾਈਆਂ ਹੋਈਆਂ ਗੋਲੀਆਂ ਤੁਹਾਡੇ ਵਾਸਤੇ ਸ਼ੱਕਰਪਾਰੇ ਤਿਆਰ ਕੀਤੇ ਆ ਆਹ ਜਿਹੜੀਆਂ ਖੜਗਾਂ ਨੇ ਨਾ ਇੱਕੇ ਵਰਿਆ ਕੇਵਰ ਕੇਵਰ ਤੇ ਵਰਤੌਣ ਵਾਲੇ ਸਾਡੇ ਸੂਰਮੇ ਮਹਾਰਾਜ ਕਹਿਣ ਲੱਗੇ ਉਹ ਵਰਤੌਣਗੇ ਸਾਰਾ ਕੁਝ ਝੂਠ ਨਾ ਬੋਲਿਆ ਕਰੋ ਸਾਡੇ ਨਾਲ ਉੱਥੇ ਕੁਝ ਗੱਲਾਂ ਕਰਦੇ ਹਾਂ ਇੱਥੇ ਕੁਝ ਗੱਲਾਂ ਦੱਸਦੇ ਹਾਂ ਮਹਾਰਾਜ ਕਹਿਣ ਲੱਗੇ ਜਾਓ ਜਾ ਕੇ ਕਹਿ ਦਿਓ ਹਮੇ ਨਾਲ ਸਾਨੂੰ ਮਾਰਨ ਦੀਆਂ ਗੱਲਾਂ ਕਰਦੇ ਚ ਇਤਨੋਂ ਬਰਾਤ ਨਹੀਂ ਲੰਗੇਗੀ ਆਖੋ ਵਾਹਿਗੁਰੂ ਵਜੀਰ ਨੂੰ ਪਤਾ ਲੱਗ ਗਿਆ ਵੀ ਜਿਹੜਾ ਕਪਟ ਕੀਤਾ ਰਾਜਿਆਂ ਨੇ ਉਹ ਮਹਾਰਾਜ ਨੂੰ ਪਤਾ ਲੱਗ ਗਿਆ ਜੀ ਵਜੀਰ ਬੋਲ ਨਹੀਂ ਸਕਿਆ ਬੜੇ ਨਿਮਰਤਾ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਣਦਿਆ ਤੇ ਵਾਪਸ ਆਉਂਦਿਆਂ ਵਜੀਰ ਪਤਾ ਕੀ ਵੇਖਦਾ ਜੀ ਗੁਰੂ ਕੀਆਂ ਫੌਜਾਂ ਸ਼ਸਤਰਧਾਰੀ ਤਿਆਰ ਬਰ ਤਿਆਰ ਨੇ ਜੰਗ ਕਰਨ ਵਾਸਤੇ ਜੀ ਡਰ ਗਿਆ ਜੀਬ ਜੀਤ ਦੀ ਹੁਣ ਵਜ਼ੀਰ ਜਿਹੜਾ ਉਹ ਰਾਜੇ ਭੀਮ ਚੰਦ ਕੋ ਪਹੁੰਚ ਰਿਹਾ ਸੀ ਜੋ ਗੱਲਾਂ ਉਹਨੂੰ ਕਹਿੰਦਾ ਉਹ ਹੁਣ ਆਪਾਂ ਸਰਵਣ ਕਰੀਏ ਸਾਰੀਆਂ ਸੰਗਤਾਂ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਫਿਰਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਭੀਮ ਚੰਦ ਸੁੱਧ ਗੁਰੂ ਕੀ ਕਰਤ ਪ੍ਰਤੀਖਨ ਚੀਤ ਉਧਰ ਭੀਮ ਚੰਦ ਉਡੀਕ ਰਿਆ ਵੀ ਮੇਰਾ ਵਜ਼ੀਰ ਕੀ ਖਬਰ ਲੈ ਕੇ ਆਵੇਗਾ ਗਮਨਿਓ ਸ਼ਿਗਰ ਟੁਕਾਓ ਹਿਤ ਮਿਲ ਹੈ ਅਨਿਕ ਨਿਰਪਮੀਤ ਉਹ ਚਾਹੁੰਦਾ ਵੀ ਮੈਂ ਆਪਣੇ ਰਾਜੇ ਸਾਰੇ ਇਕੱਠੇ ਕਰਾਂ ਤੇ ਛੇਤੀ ਨਾਲ ਬਰਾਤ ਜਿਹੜੀ ਹੈ ਉਹ ਸ਼੍ਰੀਨਗਰ ਲੈ ਜਾਵਾਂ ਹਾਂਜੀ ਚੌਪਈ ਉਤਰ ਤੁਰੰਗ ਤਤਕਾਲ ਵਜ਼ੀਰ ਸਾਧ ਸੰਗਤ ਦੀ ਵਜ਼ੀਰ ਪਹੁੰਚਿਆ ਜੀ ਵजीर ਸ਼ੈਤੀ ਨਾਲ ਘੋੜੇ ਤੋਂ ਉਤਰਿਆ ਪਹੁੰਚਿਓ ਚਲ ਗਿਰਪਤ ਕੇ ਤੀਰ ਤੇ ਪਹਾੜੀ ਰਾਜੇ ਭੀਮਚੰਦ ਦੇ ਕੋਲ ਪਹੁੰਚ ਗਿਆ ਮੁਸਕਾਵਤ ਮੁਖ ਨਿਕਟ ਬਿਠਾਰਾ ਭੀਮਚੰਦ ਅੰਦਰੋਂ ਤੇ ਟੈਨਸ਼ਨ ਸੀ ਪਰ ਮੁਖੋਂ ਮੁਸਕਰਾਉਂਦਾ ਜੀ ਤੇ ਆਪਣੇ ਵजीर ਨੂੰ ਲਾਗੇ ਬਿਠਾਇਆ ਕਹੋ ਕਹਾਂ ਸਤਗੁਰੂ ਉਚਾਰਾ ਕਹਿਣ ਲੱਗਾ ਦੱਸ ਭਈ ਗੁਰੂ ਜੀ ਨੇ ਕੀ ਆਖਿਆ ਫਿਰ ਹਾਂਜੀ ਸਨ ਮੰਤਰੀ ਕਰ ਜੋਰ ਬਖਾਨਾ ਵਜ਼ੀਰ ਨੇ ਮੰਤਰੀ ਨੇ ਆਪਣੇ ਰਾਜੇ ਅੱਗੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ ਕਲਗੀਧਰ ਤੁਮ ਰੋ ਛਲ ਜਾਨਾ ਅੱਖ ਵਾਹਿਗੁਰੂ ਵਾਹਿਗੁਰੂ ਕਹਿੰਦਾ ਜੀ ਰਾਜਾ ਜੀ ਕਲਗੀਧਰ ਨੂੰ ਤੁਹਾਡੀਆਂ ਗੱਲਾਂ ਦਾ ਪਤਾ ਲੱਗ ਗਿਆ ਤੇ ਤੁਹਾਡਾ ਛਲ ਜਿਹੜਾ ਨਾ ਉਹ ਮਹਾਰਾਜ ਨੂੰ ਪਤਾ ਲੱਗ ਗਿਆ ਆਪਣੋ ਅਰਥ ਹੇਤਵਨ ਮੀਤਾ ਪੁੰਨ ਤਤਸ਼ਿਨ ਹੋਵਤ ਵਿਪਰੀਤਾ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਵੀ ਆਪਣਾ ਮਤਲਬ ਕੱਢਣ ਵਾਸਤੇ ਅਸੀਂ ਮਿੱਤਰਤਾ ਦੀਆਂ ਗੱਲਾਂ ਕਰ ਰਹੇ ਹਾਂ ਇੱਕ ਵਾਰੀ ਬਰਾਤ ਪਹੁੰਚ ਜਾਵੇ ਮੋੜ ਲੜਾਈ ਹੋਏਗੀ ਇਸ ਗੱਲ ਦਾ ਵੀ ਗੁਰੂ ਜੀ ਨੂੰ ਪਤਾ ਲੱਗ ਗਿਆ ਸਾਹਿਬ ਕਰਾਮਾਤ ਗੁਰਪੂਰਾ ਕਹਿੰਦਾ ਰਾਜਾ ਜੀ ਮੈਂ ਸੱਚ ਦੱਸਦਾ ਮੈਂ ਵੇਖ ਕੇ ਆਇਆ ਗੁਰੂ ਸਾਹਿਬ ਕਰਾਮਾਤ ਵਿੱਚ ਪੂਰੇ ਨੇ ਉਹਨਾਂ ਨੂੰ ਛੋਟੇ ਨਾ ਜਾਣਿਓ ਪੂਰੇ ਨੇ ਪੂਰੇ ਕਰਾਮਾਤ ਵਿੱਚ ਕਿੰਮ ਪੁੱਜ ਸਕਹਿ ਤਿਨਹੋਂ ਢਿਗ ਕੂਰਾ ਉਹਨਾਂ ਨਾਲ ਝੂਠ ਕਿਵੇਂ ਪੁੱਗੇਗਾ ਆਪਾਂ ਝੂਠ ਬੋਲਦੇ ਆ ਨਹੀਂ 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 ਉਹਨਾਂ ਦੇ ਨਾਲ ਝੂਠ ਨਹੀਂ ਪੁੱਗਣਾ ਅਸੀਂ ਝੂਠ ਬੋਲਣਾ ਚਾਹੁੰਨੇ ਆ ਛਲ ਕਰਨਾ ਚਾਹੁੰਨੇ ਆ ਵੇਖੋ ਨਾ ਜੀ ਅਣਜਾਣ ਬੰਦੇ ਨਾਲ ਸੰਗਤ ਜੀ ਤੋ ਖਾ ਚੱਲ ਸਕਦਾ ਜਿਹੜਾ ਹੈ ਹੀ ਅੰਤਰਜਾਮੀ ਜੀ ਹਾਂਜੀ ਕਹੀ ਜਾਏ ਕਰ ਅਧਿਕ ਪਰਸੰਸਾ ਕਹਿਣ ਲੱਗਾ ਮੈਂ ਤੇ ਆਪਣੇ ਵੱਲੋਂ ਤੁਹਾਡੀ ਬੜੀ ਤਾਰੀਫ ਕੀਤੀ ਹਾਂਜੀ ਸੁਨ ਕਰ ਸੋਡ ਬੰਸ ਅਤਵੰਸ਼ ਪਰ ਉਹਨਾਂ ਨੂੰ ਪਤਾ ਲੱਗ ਗਿਆ ਜੀ ਤੇ ਮੈਂ ਜਦੋਂ ਤੁਹਾਡੀ ਪ੍ਰਸ਼ੰਸਾ ਕੀਤੀ ਕਪਟ ਸਮੇਤ ਜਾਨ ਨਹਿਮਾਨੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਸਭ ਕੁਝ ਝੂਠ ਬੋਲ ਰਿਹਾ ਹਾਂ ਹਾਂਜੀ ਭਰੀ ਬੀਰ ਰਸ ਗਿਰਾ ਬਖਾਨੀ ਕਹਿਣ ਲੱਗਾ ਉਹ ਤੇ ਬੀਰ ਰਸ ਵਿੱਚ ਆ ਗਏ ਤੇ ਬੀਰ ਰਸ ਵਿੱਚ ਆ ਕੇ ਉਹਨਾਂ ਨੇ ਬਚਨ ਕੀਤਾ ਇਸ ਮਗਮੈਂ ਨੈ ਉਲੰਘਨ ਦਹਿ ਹਾਂ ਇਸ ਮਗਮੈਂ ਨੈ ਉਲੰਘਨ ਦਹਿ ਹਾਂ ਉਹਨਾਂ ਕਹਿ ਦਿੱਤਾ ਇਸ ਰਸਤੇ ਵਿੱਚੋਂ ਬਰਾਤ ਨਹੀਂ ਲੰਘਣ ਦੇਵਾਂਗੇ ਸੰਗਤੀ ਹੁੰਦ ਲੰਘ ਜਾਂਦੇ ਕੋਈ ਗੱਲ ਨਹੀਂ ਗੱਲਿਆਂ ਗਲਤ ਕਰਦੇ ਆ ਜੀ ਹਾਂਜੀ ਰੋਕ ਬਿਲੋਕਤ ਸ਼ੋਕ ਉਪਾਇ ਹੋ ਵੇਖਦਿਆਂ ਵੇਖਦਿਆਂ ਹੀ ਮਹਾਰਾਜ ਕਹਿਣ ਲੱਗੇ ਉਹਨਾਂ ਦਾ ਨਾਸ਼ ਕਰਦੇ ਆਂਗੇ ਹਾਂਜੀ ਜੇ ਗਿਰ ਪਤਨ ਬਖੈ ਬਲ ਭਾਰੀ ਹਾਂਜੀ ਦਲ ਸਕੇਲ ਚਲ ਆਓ ਅਗਾਰੀ ਤੇ ਜੇ ਇਹਨਾਂ ਪਹਾੜੀ ਰਾਜਿਆਂ ਵਿੱਚ ਬਹੁਤਾ ਵੱਲ ਹੈ ਤੇ ਮਹਾਰਾਜ ਨੇ ਕਿਹਾ ਸੀ ਵੀ ਆ ਜਾਓ ਫਿਰ ਫੌਜ ਇਕੱਠੀ ਕਰਕੇ ਸਾਡੇ ਕੋਲ ਬਿਗਰੇ ਰਹੋ ਆਨੰਦਪੁਰ ਜੱਬ ਕੇ ਲਰਬੇ ਤਿਆਰ ਅਹਾਂ ਹਮ ਤਬ ਕੇ ਵਜ਼ੀਰ ਕਹਿੰਦਾ ਰਾਜਾ ਜੀ ਮਹਾਰਾਜ ਨੇ ਕਿਹਾ ਜਦੋਂ ਦਾ ਤੁਸੀਂ ਆਨੰਦਪੁਰ ਵਿੱਚੋਂ ਵਿਗਾੜ ਕੀਤਾ ਨਾ ਅਸੀਂ ਤੇ ਉਦੋਂ ਹੀ ਜੰਗ ਲਈ ਤਿਆਰ ਵਰ ਤਿਆਰ ਆ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਦੀ ਗੱਲ ਅੰਦਰ ਦੀ ਪਾਵਨਾ ਦੀ ਐ ਕੀ ਵਜ਼ੀਰ ਨੇ ਮਿੱਠੀਆਂ ਗੱਲਾਂ ਨਹੀਂ ਕੀਤੀਆਂ ਪਰ ਗੁਰੂ ਸਾਹਿਬ ਨੂੰ ਪਤਾ ਹੈ ਇਹ ਸਭ ਉਤੋਂ ਉਤੋਂ ਹੀ ਗੱਲਾਂ ਕਰ ਰਹੇ ਆ ਇਹਨਾਂ ਦੇ ਅੰਦਰ ਪਿਆਰ ਨਹੀਂ ਹੈਗਾ ਜੀ ਇਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਪਤਾ ਬਾਣੀ ਚ ਕੀ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਅੱਗੇ ਕੀ ਕਹਿੰਦੇ ਜਾਨਨ ਹਾਰ ਪ੍ਰਭੂ ਪਰਬੀ ਪਰਬੀਨ ਬਾਹਰ ਭੇਖ ਨਾ ਕਾਹੂੰ ਪੀਨ ਮਨ ਵਿੱਚ ਤੇ ਪਿਆਰ ਨਹੀਂ ਹੈ ਕਾ ਜੀ ਮੂੰਹੋਂ ਮਿੱਠੀ ਗੱਲ ਕਰਨੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਰੱਬ ਸਭ ਕੁਝ ਜਾਣਦਾ ਹੈ ਉਰੇ ਨਾਲ ਛਲ ਨਹੀਂ ਛਲ ਸਕਦਾ ਅ ਛਲ ਛਲਾਈ ਨਹਿ ਛਲੇ ਉਹ ਕਹਿੰਦਾ ਮਹਾਰਾਜ ਤੇ ਪਹਿਲਾਂ ਦੇ ਤਿਆਰ ਬੈਠੇ ਨੇ ਜੰਗ ਕਰਨ ਵਾਸਤੇ ਜੰਗ ਖੇਤ ਅਬਿਲਾਖਾ ਰਾਖੀ ਹਾਂਜੀ ਪੁਰਵ ਹੋ ਅਬੈ ਆਨ ਗੁਰ ਭਾਖੀ ਤੁਸੀਂ ਜੰਗ ਦੀ ਇੱਛਾ ਰੱਖੀ ਹੈ ਤੇ ਉਹ ਕਹਿ ਰਹੇ ਆ ਵੀ ਆਓ ਤੁਹਾਡੀ ਇੱਛਾ ਪੂਰੀ ਕਰੀਏ ਕਰਨ ਸੰਤ ਕੋ ਕਾਜ ਨਾ ਕੋਈ ਬਨ ਹੈ ਮਿਲ ਹੈ ਗਨ ਸ਼ਸਤਰਨ ਸੋ ਇਸ ਕਰਕੇ ਗੁਰੂ ਸਾਹਿਬ ਨਾਲ ਮਿੱਤਰਤਾ ਵਾਲਾ ਸੰਧੀ ਵਾਲਾ ਨਹੀਂ ਜੇ ਕੋਈ ਕੰਮ ਹੈਗਾ ਉੱਥੇ ਸਾਰੇ ਰਾਜਿਆਂ ਨੇ ਜਿਹੜੀਆਂ ਹੰਕਾਰ ਵਿੱਚ ਆ ਕੇ ਗੱਲਾਂ ਕੀਤੀਆਂ ਨੇ ਨਾ ਉਹ ਉਹਨਾਂ ਨੂੰ ਪਤਾ ਲੱਗ ਗਈਆਂ ਹਨ ਹਾਂਜੀ ਖਰੇ ਪੰਚ ਸੈ ਸੁਪਟ ਅਗਾਰੀ ਹਾਂਜੀ ਕਰਹਿ ਪ੍ਰਤੀਖਨ ਤੁਮ ਅਸਵਾਰੀ ਕਹਿੰਦਾ ਹੋਰ ਸੁਣ ਲੋ ਮੈਂ ਵੇਖ ਕੇ ਆਇਆ 500 ਸਿਪਾਹੀ ਮਰਨ ਨੇ ਪਹਿਲਾਂ ਹੀ ਰਸਤੇ 'ਚ ਖੜੇ ਕਰ ਦਿੱਤਾ ਜੀ 500 ਸਿਪਾਹੀ ਗੁਰਦਲ ਮੈਂ ਨਹਿ ਬਿਲ ਮਰਤੀ ਕੀ ਤੇ ਗੁਰੂ ਦੀਆਂ ਫੌਜਾਂ ਵਿੱਚ ਰਤੀ ਜਿੰਨੀ ਵੀ ਦੇਰ ਨਹੀਂ ਹੈਗੀ ਰਤੀ ਜਿੰਨੀ ਦੇਰ ਜੀ ਰਤੀ ਹਿੰਦੀ ਬੜੀ ਛੋਟੀ ਜੀ ਗੁਰੂ ਦੀਆਂ ਫੌਜਾਂ ਵਿੱਚ ਰਤੀ ਜਿੰਨੀ ਵੀ ਦੇਰ ਨਹੀਂ ਹੈਗੀ ਜਾਹ ਪਖਨ ਤੁਮ ਚਮੂ ਗਤੀ ਕੀ ਤੁਸੀਂ ਜੇ ਚਾਹੁੰਦੇ ਚ ਗੁਰੂ ਦੀ ਫੌਜ ਦਾ ਕਿਹੋ ਜਿਹਾ ਹਿਸਾਬ ਹੈ ਤੇ ਫਿਰ ਵੇਖ ਲਓ ਜੰਗ ਕਰਕੇ ਮਹਾਰਾਜ ਤੇ ਤਿਆਰ ਬੈਠੇ ਨੇ ਭੀਮ ਚੰਦ ਸੁਨ ਚਿੰਤ ਵਿਸਾਲਾ ਅੱਖ ਸ੍ਰੀ ਵਾਹਿਗੁਰੂ ਵਾਹਿਗੁਰੂ ਹੁਣ ਬੋਲਿਆ ਤੇ ਬਾਕੀ ਪਾੜੀ ਰਾਜਿਆਂ ਨੇ ਆ ਪਰ ਵਿਆਹ ਵਿੱਚ ਪੁੱਤਰ ਦੇ ਵਿਆਹ ਵਿੱਚ ਤਾਂ ਭੀਮਚੰਦ ਤੇ ਫਿਕਰ ਪੈ ਰਿਆ ਨਾ ਵਿਗਨ ਪੈ ਰਿਆ ਉਹਨੂੰ ਬੜੀ ਚਿੰਤਾ ਲੱਗ ਗਈ ਜੀ ਹਾਂ ਇਹ ਕੀ ਬਣ ਗਿਆ ਪਰ ਇਹ ਉਹ ਵਿਗਨ ਕਿਮ ਹੋਏ ਨਾ ਟਾਲਾ ਹੁਣ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਹੀ ਪੁੱਠੇ ਕੰਮ ਨੇ ਹੁਣ ਵਿਗਨ ਪੈ ਗਿਆ ਟਲੇਗਾ ਕਿਵੇਂ ਵਿਆਹ ਦਿਵਸ ਅਬ ਆਏ ਨਜੀਕਾ ਉਧਰੋਂ ਵਿਆਹ ਵਾਲਾ ਦਿਨ ਨੇੜੇ ਆ ਰਿਹਾ ਜੀ ਸਾਹ ਜਿਹੜਾ ਉਹਨਾਂ ਨੇ ਲਿਖਵਾਇਆ ਸਾਹ ਨੇੜੇ ਆ ਰਿਹਾ ਜੀ ਪਰ ਹੈ ਜੰਗ ਵੱਡ ਹੋਹੇ ਨਾ ਠੀਕਾ ਤੇ ਇਹ ਵਿੱਚ ਜੰਗ ਸ਼ੁਰੂ ਹੋ ਜਾਣੀ ਹੈ ਵਿਆਹ ਵਿੱਚ ਜੰਗ ਹੋਏਗੀ ਇਹ ਤਾਂ ਚੰਗੀ ਗੱਲ ਨਹੀਂ ਹੈ ਆਪਰ ਪੰਥ ਜੈ ਬੇ ਕਹੋ ਨਾਹੀ ਹੋਰ ਕੋਈ ਰਸਤਾ ਵੀ ਨਹੀਂ ਹੈਗਾ ਜੇ ਜਿਸ ਤੋਂ ਚਲੇ ਜਾਈਏ ਜੇ ਕੋ ਅਹ ਦੂਰ ਕੋ ਜਾਹੀ ਤੇ ਜੇ ਹੋਰ ਕੋਈ ਰਸਤਾ ਹੈ ਤੇ ਬੜੀ ਦੂਰ ਦਾ ਰਸਤਾ ਹੈ ਹਾਂਜੀ ਬਿਤ ਜਹ ਸਾਹੇ ਕੋ ਸਮੈ ਫਿਰ ਤੇ ਵਿਆਹ ਦਾ ਸਮਾਂ ਹੀ ਲੰਘ ਜਾਣਾ ਜੇ ਅਸੀਂ ਦੂਜੇ ਰਸਤੇ ਤੋਂ ਜਾਂਨੇ ਆਂ ਆਨ ਬਣੀ ਅਸਮਨ ਜਸ ਹਮੈ ਉਹ ਬੜਾ ਪਰੇਸ਼ਾਨ ਹੋਇਆ ਕਹਿੰਦਾ ਵੀ ਮੈਂ ਤੇ ਬਹੁਤ ਪਰੇਸ਼ਾਨੀ ਵਿੱਚ ਫਸ ਗਿਆ ਕੋਸੇ ਦੀ ਬਾਹੇ ਗੁਰ ਵਾਹਿਗੁਰੂ ਸੰਗਤ ਜੀ ਦੇ ਨਿਰਵੈਰ ਦੇ ਨਾਲ ਕੋਈ ਵੈਰ ਕਰੇ ਨਾ ਤੇ ਪਰੇਸ਼ਾਨੀ ਵਿੱਚ ਉਹ ਫਸਦਾ ਹੀ ਫਸਦਾ ਜੀ ਕੋਈ ਨਿਰਵੈਰ ਹੈ ਤੁਹਾਡੇ ਨਾਲ ਛਲ ਨਹੀਂ ਕਰ ਰਿਹਾ ਕਪਟ ਨਹੀਂ ਕਰ ਰਿਹਾ ਤੇ ਨਿਰਵੈਰ ਨਾਲ ਕੋਈ ਬੰਦਾ ਵੈਰ ਕਰੇ ਛਲ ਕਰੇ ਤੇ ਫਿਰ ਉਹ ਮੁਸ਼ਕਲ ਵਿੱਚ ਫਸ ਜਾਂਦਾ ਜੀ ਹਾਂਜੀ ਚਤਵਤ ਗਿਰਪਤ ਸਕਲ ਬੁਲਾਏ ਕਰ ਆਦਰ ਨਿਜ ਨਿਕਟ ਬਿਠਾਏ ਸੋਚਨ ਲੱਗ ਪਿਆ ਫਿਰ ਉਹਨੇ ਸਾਰੇ ਹੀ ਰਾਜੇ ਇਕੱਠੇ ਕਰ ਲਏ ਜੀ ਸਾਰੇ ਰਾਜਿਆਂ ਨੂੰ ਲਾਗੇ ਬਿਠਾਇਆ ਆਪਣੇ ਮਿਲ ਮਸਲਤ ਕੀਜੈ ਅਬ ਕੈਸੇ ਕਹਿੰਦਾ ਹੁਣ ਸਲਾਹ ਕਰੋ ਹੁਣ ਕੀ ਕਰਨਾ ਹੈ ਸੰਧੀ ਸਦਨ ਪਹੁੰਚਹਿਨ ਜੈਸੀ ਵੀ ਸੰਧੀ ਦੇ ਘਰ ਵੀ ਪਹੁੰਚਣਾ ਹੈ ਬਰਾਤ ਲੈ ਕੇ ਪਹੁੰਚਣਾ ਹੁਣ ਕਿਵੇਂ ਪਹੁੰਚੀਏ ਗੁਰੂ ਕੰਨੇ ਤੇ ਇਹ ਸੁਧ ਆਈ ਵੀ ਗੁਰੂ ਵੱਲੋਂ ਤਾਂ ਇਹ ਖਬਰ ਆਈ ਹੈ ਦੇਤ ਨਾ ਮਗ ਦਿੱਤ ਹੇਤ ਲੜਾਈ ਉਹਨਾਂ ਨੇ ਰਸਤਾ ਨਹੀਂ ਛੱਡਣਾ ਆਖੋ ਸ੍ਰੀ ਵਾਹਿਗੁਰੂ ਹਾਂਜੀ ਸੁਨ ਸਹੇਲਿੰਦਰਨ ਕਰ ਹੰਕਾਰਾ ਤੇ ਉਹ ਤੇ ਅੱਗੇ ਹਉਮੈ ਦੇ ਭਰੇ ਪੈ ਹੀ ਜੀ ਅਦੇ ਵੀ ਸਮਾਸੀ ਦਾ ਸੰਗਤ ਜੀ ਜੇ ਉਹ ਰਾਜੇ ਨਿਮਰਤਾ ਨਾਲ ਮਨੋ ਮਹਾਰਾਜ ਨੂੰ ਬੇਨਤੀ ਕਰਦੇ ਮਰ ਨੇ ਲੰਗਨ ਦੇਣਾ ਸੀਗਾ ਜੀ ਪਰ ਉਹ ਰਾਜੇ ਹਉਮੇ ਵਿੱਚ ਆ ਕੇ ਹੋਰ ਹਉਮੇ ਵਾਲੀਆਂ ਗੱਲਾਂ ਕਰਨ ਲੱਗ ਪਏ ਇਸ ਖੇਡ ਹੁੰਦੀ ਸਾ ਸੰਗਤ ਜੀ ਕਈ ਵਾਰੀ ਹੰਕਾਰੀ ਬੰਦੇ ਨੂੰ ਤੁਸੀਂ ਸਮਝਾਓ ਨਾ ਜੀ ਉਹ ਉੱਤੋਂ ਦੀ ਪਏਗਾ ਜੀ ਉਹ ਨਹੀਂ ਸਮਝੇਗਾ ਜੀ ਹੰਕਾਰੀ ਹੋਏ ਪਹਾੜੀ ਰਾਜੇ ਹੋਰ ਮਾਰਨ ਨੂੰ ਉਤੋਂ ਵਾਹਿਗੁਰੂ ਹੋਰ ਹੰਕਾਰ ਦੀਆਂ ਗੱਲਾਂ ਕਰਨ ਲੱਗੇ ਸਭ ਹਿੰਨ ਧੀਰਜ ਉਚਾਰਾ ਉਹਨਾਂ ਭੀਮ ਚੰਦ ਨੂੰ ਧੀਰਜ ਦਿੱਤਾ ਕਹਿੰਦੇ ਤੂੰ ਕਬਰਾ ਨਾ ਕਹਾ ਤਰਾਸ ਚਿਤ ਮੈਂ ਤੁਮ ਕੀਨੋ ਕਹਿੰਦਾ ਕਹਿੰਦੇ ਤੁਸੀਂ ਹਾਡੇ ਵੱਡੇ ਤੇ ਭੀਮ ਚੰਦ ਜੀ ਕਿਉਂ ਤੁਸੀਂ ਡਰਦੇ ਹੋ ਆਪਣੇ ਮਨ ਵਿੱਚ ਇਹ ਤੋਂ ਕਟਕ ਇਕੱਤਰ ਕਰ ਲੀਨੋ ਹਾਂਜੀ ਸੁਧੇ ਗਮਨੇ ਪੰਥਮਝਾਰੇ ਬਨ ਅਰ ਅਰਹ ਜੇ ਆਏ ਅਗਾਰੇ ਉਹ ਕਹਿੰਦੇ ਐਨੀਆਂ ਫੌਜਾਂ ਨੇ ਐਨੇ ਅਸੀਂ ਰਾਜੇ ਆ ਸਾਡੀਆਂ ਫੌਜਾਂ ਸਾਡੇ ਨਾਲ ਨੇ ਆਪਾਂ ਸਿੱਧੇ ਜਾ ਕੇ ਵੈਰੀ ਬਣ ਕੇ ਅੜ ਜਾਂਦੇ ਆ ਭੀਮ ਚੰਦ ਨਹੀਂ ਇਹ ਚਾਹੁੰਦਾ ਜੀ ਕਿਉਂ ਔਰੇ ਪੁੱਤ ਦਾ ਵਿਆਹ ਖਰਾਬ ਹੁੰਦਾ ਜੀ ਹਾਂਜੀ ਬੀਨ ਬੀਨ ਹਮ ਸੁਪਟ ਬਟੋਰੇ ਹੇਲ ਘਾਲ ਰਿਪ ਉਪਰ ਧੌਰੈ ਉਹ ਕਹਿੰਦੇ ਚੁਣ ਚੁਣ ਕੇ ਸੂਰਮੇ ਅੱਗੇ ਭੇਜਾਂਗੇ ਹਮਲਾ ਕਰ ਦਿੰਨੇ ਆਂ ਅਸੀਂ ਜਾ ਕੇ ਸਬਨ ਤਕਾਵਹਿ ਕਰਹਿ ਨਿਕਾਰੇ ਹਾਂਜੀ ਧ੍ਰਿੜ ਹੈ ਕਰਹਿ ਰਹਿ ਬਲ ਭਾਰੇ ਸਬਨ ਤਕਾਵਹਿ ਕਰਹਿ ਕਿਨਾਰੇ ਕਹਿੰਦੇ ਐ ਥੱਕ ਕੇ ਨਾ ਫੌਜ ਮਹਾਰਾਜ ਦੀ ਤੇ ਇੱਕ ਕੰਡੇ ਕਰਦੇ ਆਂਗੇ ਸਾਰੀ ਫੌਜ ਤੇ ਆਪ ਗੁਲਕਾਂ ਸ਼ਲਖੰਨ ਮਾਰਹਿ ਤੱਕ ਹੀ ਰਿਪ ਬਾਹਰ ਪਰ ਆਏ ਨਾ ਸਕੀ ਸਨੇ ਸਨੇ ਮਗ ਉਲੰਘੇ ਸਾਰੇ ਚੜ ਨੌਕਾ ਜਮਨਾ ਪਰ ਪਾਰੇ ਥੱਕ ਕੇ ਫੌਜ ਇੱਕ ਪਾਸੇ ਕਰਕੇ ਗੋਲੀਆਂ ਦਾ ਹਮਲਾ ਕਰਦੇ ਆਂਗੇ ਇੱਕ ਪਾਸੇ ਇਹ ਕੰਮ ਹੁੰਦਾ ਰਹੇਗਾ ਇੱਕ ਪਾਸੇ ਬੇੜੀਆਂ ਤੇ ਚੜ ਕੇ ਦਰਿਆ ਪਾਰ ਕਰ ਲਵਾਂਗੇ ਆਖੋ ਵਾਹਿਗੁਰੂ ਵਾਹਿਗੁਰੂ ਦੂਲੇ ਨੂੰ ਭੇਜਦੇਾਂਗੇ ਲਾੜੇ ਨੂੰ ਭੇਜਦੇਾਂਗੇ ਨਾਲ ਕੁਝ ਫੌਜ ਭੇਜਦੇਾਂਗੇ ਤੇ ਮੁਕਾਬਲਾ ਕਰ ਲੈਨੇ ਆ ਹਾਂਜੀ ਜਬ ਸਮਾਜ ਪਰਲੈ ਹੋਏ ਕੂਲ ਦੇ ਕਰ ਏਕ ਬਾਰ ਦਲ ਹੂਲ ਤੇ ਜਦੋਂ ਸਾਰੀ ਅ ਜਿਹੜਾ ਵੀ ਸਾਡੇ ਸਾਜੋ ਸਮਾਨ ਹੈ ਬਰਾਤ ਦਾ ਲਾੜਾ ਸਾਰੇ ਪਾਰ ਹੋ ਜਾਣਗੇ ਤੇ ਪਿੱਛੋਂ ਬਚਿਆ ਹੋਇਆਂ ਨੂੰ ਛੇਤੀ ਖਤਮ ਕਰਦੇ ਆਂਗੇ ਮਤਲਬ ਉਹਨਾਂ ਨੇ ਤੇ ਪਲੈਨਿੰਗ ਹੀ ਆ ਆਖੋ ਵਾਹਿਗੁਰੂ ਵਾਹਿਗੁਰੂ ਜੋ ਮਰਜ਼ੀ ਸੋਚੀ ਚੱਲੋ ਇਹ ਤਾਂ ਮੈਦਾਨ ਵਿੱਚ ਆ ਕੇ ਪਤਾ ਲੱਗਦਾ ਜੀ ਇੱਥੇ ਬੈਠਿਆਂ ਤੇ ਬੰਦਾ ਗੱਲਾਂ ਕਰ ਲਿੰਦਾ ਇੰਜ ਕਰਦੇ ਆਂਗੇ ਇੰਜ ਕਰਦੇ ਆਂਗੇ ਇਹ ਤਾਂ ਜਦੋਂ ਬਾਜਾਂ ਵਾਲੇ ਸਤਗੁਰਾਂ ਦੇ ਸਾਹਮਣੇ ਹੋਣਾ ਨਾ ਉਰੋਂ ਹੀ ਪਤਾ ਲੱਗਣਾ ਜੀ ਹਾਂਜੀ ਡੇਰੇ ਮਹਿ ਤਬ ਕਰੀਐ ਸ਼ੂਟ ਸ਼ਸਤਰ ਵਸਤਰ ਧਨ ਲੀਜੈ ਲੂਟ ਕਹਿੰਦਾ ਕਹਿੰਦੇ ਉਤੋਂ ਅਸੀਂ ਉਹਨਾਂ ਦੀਆਂ ਫੌਜਾਂ ਦਾ ਸਮਾਨ ਲੁੱਟ ਲੈਣਾ ਸਾਰਾ ਅਸੀਂ ਸਮਾਨ ਨਹੀਂ ਛੱਡਣਾ ਉਹਨਾਂ ਦਾ ਹਾਂਜੀ ਦਲ ਬਲ ਤੇ ਗੁਰਸੈਨ ਹਟਾਏ ਸਾਡੇ ਕੋਲ ਸੈਨਾ ਸੈਨਾ ਦੇ ਜੋਰ ਨਾਲ ਗੁਰੂ ਤੇ ਗੁਰੂ ਦੀਆਂ ਫੌਜਾਂ ਨੂੰ ਪੌਂਟੇ ਵਿੱਚੋਂ ਪਰਾਂ ਕਰ ਦੇਣਾ ਆਪਾਂ ਲੁੱਟਤ ਚੱਲ ਹੈ ਨਿਸ਼ਾਨ বাজਾਏ ਐ ਨਿਸ਼ਾਨ ਨਗਾਰੇ ਵਜਾਉਂਦੇ ਝੰਡੇ ਚਲਾਉਂਦੇ ਲੁੱਟਦਿਆਂ ਆ ਆਪਾਂ ਅੱਗੇ ਵੱਧ ਜਾਣਾ ਕਹਿੰਦੇ ਏਮ ਜਸਵਾਲ ਕੇਸਰੀ ਚੰਦ ਇਹ ਗੱਲਾਂ ਜਸਵਾਲ ਰਾਜਿਆ ਰਾਜਾ ਕੇਸਰੀ ਚੰਦ ਕਹਿੰਦਾ ਜੀ ਆਖੋ ਵਾਹਿਗੁਰੂ ਵਾਹਿਗੁਰੂ ਬੜਾ ਦੁਸ਼ਟ ਰਾਜਾ ਸਾਹ ਸੰਗਤ ਦੀ ਗਏ ਜਿਹੜਾ ਕੇਸਰੀ ਚੰਦ ਹੈ ਨਾ ਇਹ ਬੜਾ ਦੁਸ਼ਟ ਰਾਜਾ ਜੀ ਇਹਦਾ ਸਿਰ ਵੱਢ ਕੇ ਲਿਆਉਣਾ ਬਾਬੇ ਉਦੈ ਸਿੰਘ ਨੇ ਤੇ ਮੇਰੇ ਸਤਿਗੁਰੂ ਬਾਜਾਂ ਵਾਲੇ ਦੇ ਚਰਨਾਂ 'ਚ ਰੱਖਣਾ ਲਿਆ ਕੇ ਜੀ ਕਹਿੰਦਾ ਰੈਣ ਹੀ ਨਹੀਂ ਆਪਾ ਦੇਣਾ ਪੌਂਟੇ ਕਹੇ ਨੂੰ ਹਾਂਜੀ ਕਹਿਓ ਗੋਪਾਲ ਗੁਲੇਰ ਨਰਿੰਦ ਗੋਪਾਲ ਗੁਲੇਰੀਆ ਹੋਰ ਆ ਰਹੇ ਆ ਸਾਰਿਆਂ ਕਿਹਾ ਜੀ ਠੀਕ ਹੈ ਇਹ ਗੱਲ ਕੇਸਰੀ ਚੰਦ ਦੀ ਸੰਗ ਕ੍ਰਿਪਾਲ ਕਟੋਚਨ ਆਦ ਫਿਰ ਕ੍ਰਿਪਾਲ ਕਟੋਚੀਆ ਰਾਜਾ ਜੀ ਉਹ ਵੀ ਨਾਲ ਰਲਿਆ ਜੀ ਹਾਂਜੀ ਭਇਓ ਪਰਸਪਰ ਚਲਨ ਸੰਬਾਦ ਗੱਲਬਾਤ ਹੋਈ ਵੀ ਚੱਲਾ ਪਾਈਏ ਹਮਲਾ ਕਰਕੇ ਉਹ ਰਾਹ ਸਾਫ਼ ਕਰਕੇ ਤੇ ਅੱਗੇ ਚੱਲ ਪਾਂਗੇ ਭੀਮ ਚੰਦ ਸਤਿਗੁਰੂ ਕੋ ਜਾਣ ਆਕਾ ਸ੍ਰੀ ਵਾਹਿਗੁਰੂ ਹੇ ਗੁਰੂ ਹੁਣ ਇਹਨਾਂ ਨੇ ਮਾਰਾ ਦੇ ਲਾਗੇ ਨਹੀਂ ਨਾ ਗਏ ਰਾਜੇ ਕਦੀ ਇਹਨਾਂ ਵਿੱਚੋਂ ਜੇ ਕੋਈ ਲਾਗੇ ਗਿਆ ਜੇ ਕਿਸੇ ਨੇ ਦਰਸ਼ਨ ਕੀਤੇ ਤੇ ਭੀਮਚੰਦ ਨਹੀਂ ਕੀਤੇ ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਭੀਮਚੰਦ ਸਤਗੁਰ ਕੋ ਜਾਨ ਹੈ ਰਾਜਾ ਭੀਮਚੰਦ ਜਿਹੜਾ ਉਹ ਮਾਰਾ ਨੂੰ ਜਾਣਦਾ ਹੈ ਵੀ ਜਾਣਦਾ ਹੈ ஆயுத ਧਾਰੀ ਬੀਰ ਪਛਾਨ ਹੈ ਬੇ ਮਹਾਰਾਜ ਸ਼ਸਤਰ ਧਾਰੀ ਨੇ ਤੇ ਨਿਰ ਸ਼ਸਤਰ ਹੀ ਨਹੀਂ ਧਾਰਨ ਕੀਤੇ ਬਹੁਤ ਵੱਡੇ ਯੋਧੇ ਐ ਹਾਂਜੀ ਨਹਿਨ ਲਰਬੇ ਕੀ ਮਸਲਤ ਮਾਨੀ ਉਹਨੇ ਲੜਨ ਦਾ ਵਿਚਾਰ ਨਹੀਂ ਮੰਨਿਆ ਜੀ ਵੀ ਇਹ ਸਭ ਰਾਜੇ ਐਵੇਂ ਬੋਲਦੇ ਐ ਨਹੀਂ ਆਛੀ ਦੁਖਦਾਨ ਮਹਾਨੀ ਇਹ ਗੱਲ ਚੰਗੀ ਨਹੀਂ ਹੈਗੀ ਜੇ ਕਿਤੇ ਅੰਜ ਹੋ ਗਿਆ ਤੇ ਦੁੱਖ ਬੜਾ ਪੈਦਾ ਹੋਣਾ ਬੜਾ ਦੁੱਖ ਨਿਕਲੇਗਾ ਕਹੋ ਵਜ਼ੀਰ ਉਲੰਘਨ ਕੀ ਬਾਤ ਅੱਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਉਹਨੇ ਉਹਨਾਂ ਰਾਜਿਆਂ ਦੀ ਗੱਲ ਅਣ ਸੁਣੀ ਕਰਕੇ ਭੇਮਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਤੂੰ ਦੱਸ ਲੰਗੀਏ ਕਿਵੇਂ ਤੂੰ ਦੱਸ ਕੋਈ ਗੱਲ ਹੈ ਹਾਂ ਜਿਮ ਰਹਿ ਆਏ ਵਿਆਹ ਕੀ ਬਾਤ ਵੀ ਵਿਆਹ ਸਮੇਂ ਨਾਲ ਹੋ ਜਾਵੇ ਜਿਹੜਾ ਦਿਨ ਮੁਕਰਰ ਕੀਤਾ ਉਸ ਦਿਨ ਤੇ ਵਿਆਹ ਹੋ ਜਾਵੇ ਵਜ਼ੀਰ ਤੂੰ ਦੱਸ ਕੁਛ ਸਾਨੂੰ ਗੁਰ ਢਿਗ ਦਲ ਕੀ ਤਿਕ ਮਿਲ ਗਇਓ ਕਹਿਣ ਲੱਗਾ ਪਹਿਲਾਂ ਤੇ ਇਹ ਦੱਸ ਵੀ ਗੁਰੂ ਜੀ ਕੋਲ ਫੌਜ ਕਿੰਨੀ ਕੁ ਹੈਗੀ ਹੈ ਪੌਂਟੇ ਦੇ ਵਿੱਚ ਪਹਿਲਾਂ ਤਾਂ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਹੈ ਕਿਮ ਠਕੁਰਾਈ ਠਨਤ ਭਇਓ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿੰਨੀ ਕੁ ਫੌਜਾਂ ਦੀ ਮਾਲਕੀ ਮਹਾਰਾਜ ਕਰ ਰਹੇ ਨੇ ਤੁਮ ਮਤਮਹਿ ਆਵਤ ਕਹੋ ਕੈਸੀ ਹਾਂ ਜੀ ਬਿਗਨ ਪਰ ਬਿਗਨ ਨਾ ਪਰ ਹੈ ਆਨ ਕਰ ਜੈਸੀ ਤੇਰੇ ਮਨ ਵਿੱਚ ਕੀ ਆਉਂਦਾ ਫਿਰ ਵੀ ਉਹਦਾ ਸਲਾਹਕਾਰ ਹੈ ਨਾ ਵਜ਼ੀਰ ਕਹਿੰਦਾ ਤੂੰ ਦੱਸ ਤੇਰੇ ਮਨ ਵਿੱਚ ਕੀ ਫੁਰਨਾ ਆਉਂਦਾ ਵੀ ਬਰਾਤ ਕਿਵੇਂ ਪਾਰ ਲੰਗਾਈਏ ਸੁੰਨਤ ਬੈਨ ਪ੍ਰਧਾਨ ਬਖਾਨੈ ਵਜ਼ੀਰ ਰਾਜੇ ਦੀ ਗੱਲ ਸੁਣ ਕੇ ਕਹਿਣ ਲੱਗਾ ਸਭ ਗ੍ਰਿੰਦਰ ਤੁਮ ਬਹੁਤ ਬੁੱਧਮਾਨ ਐ ਆਖੋ ਵਾਹਿਗੁਰੂ ਵਾਹਿਗੁਰੂ ਉਹ ਕਹਿਣ ਲੱਗਾ ਕਹਿੰਦਾ ਜੀ ਮੈਂ ਆ ਵਜ਼ੀਰ ਹਾਂ ਤੇ ਤੁਸੀਂ ਓ ਰਾਜੇ ਤੇ ਰਾਜੇ ਵੀ ਕਈ ਇਕੱਠੇ ਹੋਏ ਹੋ ਤੇ ਰਾਜੇ ਵੀ ਬੜੇ ਸਿਆਣੇ ਹੋ ਸਾਰੇ ਬੜੀ ਬੁੱਧੀ ਹੈ ਤੁਹਾਡੇ ਵਿੱਚ ਬੜਾ ਬਲ ਹੈ ਤੁਹਾਡੇ ਵਿੱਚ ਹਾਂਜੀ ਨਿਕਟ ਚੰਮੂ ਵੀ ਅਹ ਹੈ ਮਹਾਨਾ ਤੇ ਤੁਹਾਡੇ ਕੋਲ ਫੌਜਾਂ ਵੀ ਹੈਗੀਆਂ ਨੇ ਐਵੇਂ ਥੋੜੀ ਤੁਸੀਂ ਮਾਣ ਕਰਦੇ ਹੋ ਤੁਹਾਡੇ ਕੋਲ ਫੌਜ ਵੀ ਬੜੀ ਜ਼ਿਆਦਾ ਹੈ ਤਉ ਨ ਹੋਵੋਹ ਗੁਰੂ ਸਮਾਨ ਪਰ ਮੈਂ ਸੱਚ ਦੱਸ ਰਿਆਂ ਜੋ ਵੇਖ ਕੇ ਆਇਆ ਉਹ ਦੱਸ ਰਿਆਂ ਤੁਸੀਂ ਸਾਰੇ ਹੀ ਬੜੇ ਸਿਆਣੇ ਬੁੱਧੀਮਾਨ ਹੋ ਤੁਹਾਡੀਆਂ ਫੌਜਾਂ ਵੀ ਬੜੀਆਂ ਵੱਡੀਆਂ ਨੇ ਪਰ ਤੁਸੀਂ ਗੁਰੂ ਸਾਹਿਬ ਦੇ ਬਰਾਬਰ ਨਹੀਂ ਹੈਗੇ ਆਖੋ ਸ੍ਰੀ ਵਾਹਿਗੁਰੂ ਕਹਿੰਦੇ ਤਉ ਨ ਹੋਵੋਹ ਗੁਰੂ ਸਮਾਨ ਵੇਖੋ ਸਤ ਤੇ ਸੱਚ ਹੀ ਹੈ ਨਾ ਨਹੀਂ ਉਹ ਸੱਚ ਦੱਸ ਰਿਹਾ। ਕਹਿੰਦਾ ਠੀਕ ਹੈ ਤੁਸੀਂ ਸਾਰੇ ਹੋ ਪਰ ਤੁਸੀਂ ਗੁਰੂ ਦੇ ਬਰਾਬਰ ਨਹੀਂ ਤੇ ਆ ਕਿ ਬੜੀ ਜ਼ਰਤ ਚਾਹੀਦੀ ਹੈ ਸਾਥ ਸੰਗਤ ਦੀ ਇਹ ਗੱਲ ਕਹਿਣ ਵਾਸਤੇ ਜ਼ਰਤ ਚਾਹੀਦੀ ਹੈ। ਹਾਂਜੀ ਲੱਖ ਹੋ ਨਮਰ ਹੋਏ ਨਰ ਪਾਏਨ ਲੱਖਾਂ ਲੋਕ ਉਹਨਾਂ ਨੂੰ ਮੱਥਾ ਟੇਕਦੇ ਆ ਉਹ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ। ਸੰਗਤ ਜੀ ਇਹ ਸੱਚੀ ਸਰਕਾਰ ਹੁੰਦੀ ਐ ਆਖੋ ਸ੍ਰੀ ਵਾਹਿਗੁਰੂ ਇਹਨਾਂ ਨੇ ਤੇ ਤਲਵਾਰ ਨਾਲ ਰਾਜ ਕੀਤਾ ਨਾ ਮਹਾਰਜ ਸੰਗਤਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਉਹ ਕਹਿੰਦਾ ਅਨਹ ਹੈ ਅਰਪ ਹੈ ਅਨਿਕ ਉਪਾਏਨ ਕੋਈ ਮਾਇਆ ਦੀ ਕਮੀ ਨਹੀਂ ਉਹਨਾਂ ਕੋਲ ਕੋਈ ਪੇਟਾਵਾਂ ਦੀ ਕਮੀ ਨਹੀਂ ਹੈਗੀ ਢੇਰ ਲੱਗੇ ਪਏ ਤੇ ਉੱਥੇ ਸ੍ਰੀ ਨਾਨਕ ਕੀ ਗਾਦੀ ਸਾਥ ਗੇਮ ਸੰਸਰਤਾ ਹੋਏ ਗਿਰਨਾਥ ਬਾਕੀ ਉਹ ਰਾਜਿਆਂ ਨੂੰ ਕਹਿਣ ਲੱਗਾ ਇੱਕ ਗੱਲ ਦੀ ਵਿਚਾਰ ਕਰ ਲੋ ਜਿੰਨੇ ਮਰਦੀ ਰਾਜੇ ਦੁਨੀਆਂ ਦੇ ਇਕੱਠੇ ਹੋ ਜਾਣ ਗੁਰੂ ਨਾਨਕ ਸਾਹਿਬ ਦੀ ਗੱਦੀ ਦੀ ਬਰਾਬਰੀ ਕਿਵੇਂ ਕਰ ਲਓਗੇ ਗੱਦੀ ਦੀ ਬਰਾਬਰੀ ਥੋੜੀ ਹੈਗੀ ਜੀ ਤਖਤ ਦੀ ਥੋੜੀ ਵਡਿਆਈ ਹੈਗੀ ਮਹਾਰਾਜ ਦੀ ਗੱਦੀ ਦੀ ਆਸਣ ਦੀ ਤਖਤ ਦੀ ਬਰਾਬਰੀ ਕਿਵੇਂ ਕਰੋਗੇ ਉਹ ਬੈਠੇ ਕਿਹੜੀ ਗੱਦੀ ਉੱਤੇ ਐ ਇਹ ਵੀ ਵੇਖੋ ਨਾ ਕਿਹਦੀ ਗੱਦੀ ਤੇ ਬੈਠੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਂਦਨ ਉਹਨਾਂ ਦੀ ਗੱਦੀ ਤੇ ਬੈਠੇ ਅਬ ਆਨੰਦਪੁਰ ਤੇ 100 ਗੁਣਾ ਦਲਪ੍ਰਤਾਪ ਬਾਡਿਓ ਅਤਕਨਾ ਤੁਸੀਂ ਪੁੱਛਿਆ ਬਿਫੋਰ ਜਿ ਕਿੰਨੀ ਕੁ ਹੈ ਤੇ ਸੁਣ ਲੋ ਰਾਜਾ ਭੀਮਚੰਦ ਜੀ ਆਨੰਦਪੁਰ ਸਾਹਿਬ ਵਿੱਚ ਜਦੋਂ ਗੁਰੂ ਜੀ ਸਨ ਜਿੰਨੀਆਂ ਫੌਜਾਂ ਉਦੋਂ ਸਨ ਔਰੇ ਨਾਲੋਂ 100 ਗੁਣਾ ਵੱਧ ਫੌਜ ਹੋ ਗਈ ਜੀ 10 ਗੁਣਾ ਵੱਧ ਨਹੀਂ ਨਹੀਂ ਕਿਹਾ 100 ਗੁਣਾ ਵੱਧ ਫੌਜ ਕਹਿ ਲਿਆ ਜੀ ਤੇ ਪ੍ਰਤਾਪ ਵੀ ਬੜਾ ਹੋ ਗਿਆ ਕਹਿਣ ਕੇ ਹਾਂਜੀ ਸੁਪਾਟ ਸ਼ਸਤਰਜੁਤ ਜਿਤਕਿਤ ਖਰੇ ਉਥੇ ਤੇ ਛਾਉਣੀ ਬਣੀ ਪਈ ਸਾਰੀ ਜਿੱਥੇ ਕਿੱਥੇ ਨਹੀਂ ਸ਼ਸਤਰ ਧਾਰੀ ਗੁਰੂ ਜੀ ਦੇ ਸਿੱਖ ਖਲੋਤੇ ਹਨ ਪੁਸ਼ਟ ਤੁਰੰਗਮ ਗਲਬਾਰ ਭਰੇ ਆ ਸਾਡੇ ਘੋੜੇ ਉਹਨਾਂ ਦੇ ਘੋੜਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਬੜੇ ਵੱਡੇ ਵੱਡੇ ਘੋੜੇ ਨੇ ਹਾਂਜੀ ਅਤ ਉਤਸ਼ਾਹ ਚੰਮੂ ਮਹਿ ਦੇਖਾ ਮੈਂ ਜੋ ਵੇਖ ਕੇ ਆਇਆ ਉਹ ਤੁਹਾਨੂੰ ਦੱਸਣ ਲੱਗਾ ਗੁਰੂ ਜੀ ਤੇ ਗੁਰੂ ਜੀ ਦੀਆਂ ਫੌਜਾਂ ਵਿੱਚ ਜੰਗ ਵਾਸਤੇ ਪੂਰਾ ਹੀ ਉਤਸ਼ਾਹ ਹੈਗਾ ਤੇ ਹਾਂਜੀ ਲੜਕਰ ਕੋਏ ਨਾ ਬਨੈ ਸਰੀਖਾ ਤੁਸੀਂ ਲੜ ਕੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਹਾਂਜੀ ਜਮੁਨਾ ਤਟ ਲੋ ਦੇਹੇ ਨਾ ਜਾਣੇ ਵਦੈ ਅਗਾਊ ਕਰ ਕਸਮਾਨੇ ਫਿਰ ਪੜੋ ਹਾਂਜੀ ਵਦ ਹੈ ਅਗਾਉ ਕਰ ਕਮਸਾਨੇ ਉਹ ਕਹਿ ਲੱਗਾ ਵੀ ਤੁਸੀਂ ਕਹਿੰਦੇ ਹੋ ਵੀ ਤੱਕ ਕੇ ਫੌਜ ਲੈ ਜਾਣੇ ਆ ਤੇ ਜਮਨਾ ਦੇ ਇੱਕ ਬੰਨੋ ਲਾੜੇ ਨੂੰ ਕੱਢੀ ਜਾਣੇ ਆ ਇੱਕ ਬੰਨੋ ਮਹਾਰਾਜ ਨੂੰ ਰੋਕ ਲਵਾਂਗੇ ਜਦੋਂ ਲਾੜਾ ਲੰਗੇਗਾ ਹਮਲੇ ਕਰਦੇਾਂਗੇ ਕਹਿੰਦਾ ਸੱਚ ਦੱਸਾਂ ਤੁਸੀਂ ਸਾਰੇ ਤੁਰਪ ਜਮਨਾ ਤੱਕ ਮਾਰਨੇ ਤੁਹਾਨੂੰ ਪਹੁੰਚਣ ਹੀ ਨਹੀਂ ਦੇਣਾ ਪਹੁੰਚੋਗੇ ਤੇ ਕਰੋਗੇ ਨਾ ਪਹਿਲਾਂ ਹੀ ਬੜਾ ਵੱਡਾ ਜੰਗੋ ਜਾਣਾ ਤੁਹਾਡਾ ਗਿਮ ਤਿੰਨ ਕੋ ਲੂਟਣ ਤੁਮ ਚਾਹਾ ਤੁਸੀਂ ਸਾਰੇ ਇਕੱਠੇ ਹੋ ਕੇ ਲੁੱਟਣ ਦੀਆਂ ਗੱਲਾਂ ਕਰਦੇ ਹੋ ਉਹਨਾਂ ਨੇ ਨਹੀਂ ਲੁੱਟੇ ਜਾਣਾ ਹਾਂਜੀ ਰਾਤ ਦਿਵਸ ਜਿਨ ਲਰਨ ਊਮਾਹਾ ਓਏ ਉਹਨਾਂ ਨੂੰ ਤੇ ਜੰਗ ਦਾ ਚਾਹੀ ਬੜਾ ਹਾਂਜੀ ਧਨ ਹੰਕਾਰ ਨਾ ਕੀਜਹਿ ਐਸੇ ਹਾਂਜੀ ਪਛਤਾਪ ਬਿਸੂਰ ਹੋ ਜੈਸੇ ਉਹ ਕਹਿੰਦਾ ਮੂੰਹ ਛੋਟਾ ਐ ਪਰ ਗੱਲ ਵੱਡੀ ਕਰਨ ਲੱਗਾ ਆਪਣੀ ਮਾਇਆ ਉੱਤੇ ਮਾਣ ਨਾ ਕਰੋ ਹੰਕਾਰ ਵਿੱਚ ਆ ਕੇ ਗੱਲਾਂ ਨਾ ਕਰੋ ਮੁੜ ਪਛਤਾਉਗੇ ਸਾਰੇ ਮੁੜ ਤੁਹਾਨੂੰ ਪਛਤਾਉਣਾ ਪਏਗਾ ਮੈਂ ਦੇਖੀ ਸਭ ਰੀਤ ਵਿਚਾਰੀ ਕਿਉਂ ਮੈਂ ਦੇਖਿਆ ਮੈਂ ਸਭ ਕੁਝ ਵਿਚਾਰਿਆ ਗੁਰੂ ਨਾ ਉਲੰਘਨ ਦੇਹ ਅਗਾਰੀ ਪੱਕੀ ਗੱਲ ਚ ਤੁਹਾਡੀਆਂ ਇਹਨਾਂ ਹੰਕਾਰ ਦੀਆਂ ਗੱਲਾਂ ਕਰਕੇ ਤੁਹਾਨੂੰ ਅੱਗੇ ਨੀਤੇ ਲੰਘਣ ਦੇਣਾ ਉਹਨਾਂ ਨੇ ਕਿਸ ਵਿਦ ਹੋਤ ਸਮਤਾ ਨਹੀਂ ਕਿਸੇ ਤਰੀਕੇ ਨਾਲ ਵੀ ਤੁਹਾਡੀ ਬਰਾਬਰੀ ਗੁਰੂ ਜੀ ਨਾਲ ਨਹੀਂ ਆਏਗੀ ਹਾਂਜੀ ਲਰਬੇ ਵਿਜੇ ਨਹੀਂ ਰਨ ਮਾਹੀ ਹਾਂਜੀ ਔਰ ਉਪਾਅ ਇੱਕ ਮੈਂ ਜਾਨਾ ਇੱਕ ਮੈਂ ਤਰੀਕਾ ਦੱਸ ਦੇਣਾ ਤੁਹਾਨੂੰ ਹਾਂਜੀ ਦੂਲੋ ਇਸਮਗ ਕਰਹੋ ਪਯਾਨਾ ਵੀ ਕੱਲਾ ਲਾੜਾ ਲੰਗੇ ਲਾੜਾ ਲੰਘ ਜਾਵੇ ਕੱਲਾ ਹਾਂਜੀ ਇੱਕ ਦੋ ਇਹ ਸੇਵਕ ਲੈ ਕੇ ਸੰਗ ਇੱਕ ਦੋ ਲਾੜੇ ਦੇ ਸੰਗੀ ਸੇਵਕ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਉਹ ਚਲੇ ਜਾਵੇ ਸਨਮੁਖ ਗਮਨਿਓ ਜਾਏ ਨਿਸੰਗ ਤੇ નિਸ਼ੰਕ ਹੋ ਕੇ ਉਹ ਗੁਰੂ ਸਾਹਿਬ ਦੇ ਸਾਹਮਣੇ ਤੁਰਿਆ ਜਾਵੇ ਹਾਂਜੀ ਵਿਆਹ ਸਮੇ ਪਹੁੰਚ ਸਸੁਰਾਈ ਹਾਂਜੀ ਫੇਰੇ ਫਿਰ ਹੈ ਕਾਜ ਕੋ ਸਾਰੇ ਉਹ ਵਿਆਹ ਦੇ ਸਮੇ ਸਹੀ ਸਾਹੇ ਦੇ ਸਮੇ ਪਹੁੰਚ ਜਾਏਗਾ ਤੇ ਫੇਰੇ ਲੈ ਲੇਗਾ ਅਪਰ ਜਾਹੇ ਸਭ ਮਾਰਗ ਦੂਜੇ ਬਾਕੀ ਸਾਰੇ ਦੂਜੇ ਰਸਤੇ ਤੋਂ ਜਾਈਏ ਕਿਤਾ ਦੂਜੇ ਦੂਜਾ ਰਸਤਾ ਬੜਾ ਲੰਬਾ ਸੀਗਾ ਸੰਗਤ ਜੀ ਸਨੇ ਸਨੇ ਚਲ ਕੈ ਤਹ ਪੂਜੇ ਕੋਈ ਨਹੀਂ ਹੌਲੀ ਹੌਲੀ ਤੁਰੇ ਚੱਲਦੇ ਆ ਪਹੁੰਚ ਜਾਵਾਂਗੇ ਉੱਥੇ ਆਛੋ ਯਤਨ ਇਹ ਹੈ ਇੱਕ ਇਹੀ ਆਛੋ ਯਤਨ ਅਹ ਇੱਕ ਇਹੀ ਇੱਕੋ ਹੀ ਯਤਨ ਹੈ ਜੇ ਦੁੱਲੇ ਨੂੰ ਪਹੁੰਚਾਉਣਾ ਤੇ ਦੁੱਲੇ ਨੂੰ ਕੱਲੇ ਨੂੰ ਤੋੜ ਦੇਓ ਕਹਿੰਦਾ ਮੈਨੂੰ ਇੰਨਾ ਤੇ ਪਤਾ ਜੇ ਕੱਲਾ ਲਾੜਾ ਲੰਗੇ ਤੇ ਗੁਰੂ ਜੀ ਨੇ ਲਾੜੇ ਨੂੰ ਨਹੀਂ ਕੁਝ ਕਹਿਣਾ ਪਰ ਸਾਨੂੰ ਤੁਹਾਨੂੰ ਨਹੀਂ ਤੇ ਲੰਘਣ ਦੇਣਾ ਹੁੰਦਾ ਨੇ ਹਾਂਜੀ ਅਪਰ ਵਿਧੀ ਔਰ ਆਏ ਨਾ ਏਕੇ ਹੀ ਹੋਰ ਕੋਈ ਉਪਾਅ ਨਹੀਂ ਤੇ ਹੈਗਾ ਲਾੜਾ ਸਹੀ ਸਮੇਂ ਤੇ ਇਸੇ ਤਰੀਕੇ ਨਾਲ ਪਹੁੰਚ ਸਕਦਾ ਹੈ ਸੁੰਨਤ ਕੇਸਰੀ ਅਪਰ ਗੋਪਾਲ ਉਹ ਕੇਸਰੀ ਚੰਦ ਤੇ ਬਹੁਤ ਹੀ ਹੰਕਾਰੀ ਹੈ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਹਾਂਜੀ ਇਹ ਦੁਸ਼ਟ ਕੇਸਰੀ ਚੰਦ ਬੜੀ ਪੁੱਠੀ ਗੱਲ ਕਰਦਾ ਜਦੋਂ ਕਰਦਾ ਜੀ ਨਾਲੇ ਰੇ ਗੋਪਾਲੀਆ ਸਭਾ ਵਿੱਚ ਬੋਲੇ ਤਿਸ ਕਾਲ ਉਸ ਮੀਟਿੰਗ ਚੱਲ ਰਹੀ ਹੈ ਉਹ ਵਿੱਛੇ ਬੋਲ ਪਏ ਕਹਾਂ ਬਾਤ ਤੈ ਕਹੀ ਵਜੀਰ ਕਹ ਲੈ ਓ ਵਜੀਰਾ ਇਹ ਕਿਹੋ ਜੀ ਗੱਲ ਕਰਨਿਆ ਤੂੰ ਹਮ ਕੋ ਨਾਹੇ ਨਾ ਜਾਣਿਓ ਬੀਰ ਤੂੰ ਸਾਨੂੰ ਸੂਰਮਾ ਨਹੀਂ ਜਾਣਦਾ ਤੂੰ ਸਾਨੂੰ ਜੋਧਾ ਨਹੀਂ ਸਮਝਦਾ ਕਰ ਕਾਤੁਰ ਸਭ ਚਹਤ ਚਟਾਏ ਹਾਂਜੀ ਕਹਾਂ ਗੁਰੂ ਢਿਗ ਦੇਖਿਓ ਜਾਏ ਓ ਤੂੰ ਸਾਨੂੰ ਡਰਾਕਲ ਜਿਹਾ ਬਣਾ ਕੇ ਪਰਾਂ ਹਟਾ ਦੇਣਾ ਚਾਹੁੰਦਾ ਕਿਹੜੀ ਤੂੰ ਸੂਰਮਤਾਈ ਗੁਰੂ ਵਿੱਚ ਵੇਖ ਲਈ ਐ ਕੌਣ ਜਾਤ ਕੇ ਹੈ ਬਰਬੀਰ ਕਿਹੜੀ ਜਾਤ ਐ ਉਹਨਾਂ ਸੂਰਮਿਆਂ ਦੀ ਕਟਕ ਬਟੌਰ ਜੋ ਰੱਖਿਓ ਤੀਰ ਜਿਹੜੀ ਸੈਨਾ ਗੁਰੂ ਨੇ ਰੱਖ ਲਈ ਐ ਕਿਹੜੀ ਜਾਤ ਐ ਉਸ ਸੈਨਾ ਦੀ ਕਿਤਕ ਗਿਣਤੀ ਮੈਂ ਮਨ ਜਾਣੇ ਉਹ ਕਿੰਨੀ ਕੁ ਗਿਣਤੀ ਐ ਉਹਨਾਂ ਦੀ ਕਿਤਕ ਅਸਬਿਦ ਬਿਦ ਸਵਧਾਨੇ ਕਿੰਨੇ ਕੁ ਘੋੜੇ ਐ ਕਿੰਨੇ ਕੋ ਸਾਵਧਾਨ ਹੈ ਗੁਰੂ ਦੇ ਸਿੱਖ ਸੁਨ ਵਜ਼ੀਰ ਗਿਰਨਾਥਨ ਸਾਥ ਕਹਿਤ ਭਇਓ ਗੁਰਦਲ ਕੀ ਗਾਥ ਆਖੋ ਸ੍ਰੀ ਵਾਹਿਗੁਰੂ ਵਜ਼ੀਰ ਕਹਿੰਦਾ ਕੇਸਰੀ ਚੰਦ ਰਾਜੇ ਅੱਗੇ ਤਾਂ ਮੈਂ ਗੁਰੂ ਸਾਹਿਬ ਬਾਰੇ ਦੱਸਿਆ ਨਾ ਹੁਣ ਤੂੰ ਗੁਰੂ ਦੀਆਂ ਫੌਜਾਂ ਬਾਰੇ ਵੀ ਸੁਣਨ ਲੱਗਾ ਔਰ ਜਿਕਰ ਹੁੰਦਾ ਨਾ ਸੁਣੋ ਪਾਤਸ਼ਾਹ ਉਹਨਾਂ ਸਿੰਘਨ ਕੀ ਸੁਣਾਉ ਬਾਤ ਅੱਲਾਹ ਕੀ ਕਸਮ ਮੇਰੀ ਕਾਂਪਤੀ ਜ਼ੁਬਾਨ ਹੈ ਕਹਿਣਾ ਹੁਣ ਮਹਾਰਾਜ ਦੇ ਫਿਰ ਦਲ ਦੀ ਗੱਲ ਸੁਣ ਲੈ ਘਨੇ ਪਠਾਨ ਬਨੇ ਹਥਿਆਰ ਪਹਿਲੀ ਗੱਲ ਤੁਹਾਡਾ ਸਾਰਿਆਂ ਦਾ ਭੇਤ ਪਤਾ ਪਠਾਣਾ ਨੂੰ ਬੜੇ ਵੱਡੇ ਗਿਣਤੀ ਵਿੱਚ ਪਠਾਨ ਉੱਥੇ ਤਿਆਰ ਬਰ ਤਿਆਰ ਬੈਠੇ ਜੇ ਸਭ ਤੇ ਉਰੇ ਪਰੇ ਬਲ ਧਾਰ ਸਭ ਤੋਂ ਅੱਗੇ ਇੱਕ ਪਾਸੇ ਪੂਰੀ ਤਾਕਤ ਲਾ ਕੇ ਪਠਾਨ ਬੈਠੇ ਆ ਤੁਹਾਨੂੰ ਰੋਕਣ ਵਾਸਤੇ ਬਾਨ ਸਰਾਸਨ ਧਾਰਨ ਹਾਰੇ ਤੇ ਪਠਾਨ ਤੀਰ ਬੜੇ ਚਲਾਉਂਦੇ ਆ ਤੇ ਐਨ ਤੀਰ ਕਮਾਨ ਸਭ ਨੇ ਤਿਆਰ ਕੀਤੇ ਹਨ ਖੜਗ ਤੁਪਕ ਯੁੱਥ ਭਿੜਨ ਕਰਾਰੇ ਬੰਦੂਕਾਂ ਵੀ ਉਹਨਾਂ ਦੇ ਕੋਲ ਐ ਤੇ ਤਲਵਾਰਾਂ ਵੀ ਉਹਨਾਂ ਦੇ ਕੋਲ ਐ ਉਹ ਤੇ ਤਿਆਰ ਬੈਠੇ ਨੇ ਸਾਰੇ ਦੇਸ਼ ਵਿਦੇਸ਼ੀ ਭਟ ਸਿੱਖ ਸੰਗਤ ਬਾਕੀ ਦੇਸ਼ਾਂ ਵਿਦੇਸ਼ਾਂ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਗੁਰੂ ਦੇ ਸਿੱਖ ਉਥੇ ਇਕੱਠੇ ਹੋਏ ਤੇ ਬੜੇ ਸੂਰਬੀਰ ਨੇ ਸਾਰੇ ਥਲ ਥਲ ਥਰੇ ਪਿਖੀ ਬਉ ਪੰਗਤ ਐ ਲਾਈਨਾਂ ਲਾ ਕੇ ਰਸਤੇ ਵਿੱਚ ਖਲੋਤੇ ਤੇ ਉਹ ਪਹਿਰੇ ਲਾ ਕੇ ਲੰਘਣ ਨਹੀਂ ਦੇਣਾ ਉਹਨਾਂ ਨੇ ਬ੍ਰਿੰਦ ਉਦਾਸੀ ਵਿਚਰਤ 헤ਰੇ ਹਾਂਜੀ ਖਾਏ ਕੜਾ ਸੁਪੁਸ਼ਟ ਬਡੇਰੇ ਅਕਸ਼ਿ ਰਿਵਾਇ ਗੁਰੂ ਜੀ ਆਲੇ ਹੇ ਗੁਰੂ ਕਹਿੰਦਾ ਫਿਰ ਇੱਕ ਫੌਜ ਹੋ ਰਹੀ ਤੇ ਗੁਰੂ ਕੋਲ ਉਦਾਸੀ ਵੀ ਹੈਗੇ ਤੇ ਜਿਹੜੇ ਉਦਾਸੀ ਸੰਤ ਹੁੰਦੇ ਨਾ ਉਹਨਾਂ ਦੀ ਵੀ ਪੂਰੀ ਫੌਜ ਹੀ ਤੇ ਕੜਾ ਖਾ ਖਾ ਕੇ ਉਹਨੇ ਤੇ ਇਹੋ ਕਹਿਣਾ ਹੈਗਾ ਜੀ ਹਾਂਜੀ ਉਹਨੇ ਤਾਂ ਇਹੋ ਕੁਝ ਹੀ ਕਹਿਣਾ ਸੀ ਕਹਿੰਦਾ ਖਾਏ ਕੜਾਹੇ ਸੋ ਪੁਸ਼ਟ ਬਡੇਰੇ ਕੜਾ ਖਾ ਖਾ ਕੇ ਬੜੇ ਮੋਟੇ ਹੋਏ ਤੇ ਸਾਰੇ ਬੜੇ ਉਦਾਸੀ ਉੱਥੇ ਖਲੋਤੇ ਤੇ ਤੁਰੇ ਫਿਰਦੇ ਤੇ ਹਿਰਦੇ ਅਚੰਬ ਭਇਓ ਦਲ ਜੋਵਾ ਕਹਿੰਦਾ ਮੈਂ ਵੇਖ ਕੇ ਹੈਰਾਨ ਹੋ ਗਿਆ ਸਭੀ ਐਡੀ ਵੱਡੀ ਫੌਜ ਗੁਰੂ ਨੇ ਤਿਆਰ ਕਰ ਲਈ ਹੈ ਸੰਗ੍ਰਹਿ ਇਤੋ ਕਵਨ ਬਿਦ ਹੋਵਾ ਐਨੀ ਫੌਜ ਆਈ ਕਿੱਥੋਂ ਕਹਿੰਦਾ ਮੈਂ ਤਾਂ ਆਪ ਹੈਰਾਨ ਹਾਂ ਅਤ ਉਤਸ਼ਾਹ ਲਰਨ ਕੋ ਜਿਨ ਮੈਂ ਲਖੀਤ ਮਨੋ ਲਈ ਜੈ ਰਨ ਮੈਂ ਮੈਂ ਮਸਲਤ ਕਬ ਕਹੋ ਨ ਲਰਬੇ ਤੁਮ ਕਰਿਯ ਹੈ ਜਿਸ ਵਿਦਿ ਵਿਦਸ ਧਰਬੇ ਉਹ ਭੀਮ ਚੰਦ ਰਾਜੇ ਨੂੰ ਕਹਿੰਦਾ ਮੇਰੀ ਸਲਾਹ ਹੈ ਚੁੱਪ ਕਰਕੇ ਲਾੜੇ ਨੂੰ ਤੋੜ ਦिए ਅਗੋਂ ਤੁਹਾਡੀ ਮਰਜ਼ੀ ਹੈ ਸਾਰੇ ਰਾਜਿਆਂ ਦੀ ਜਿਵੇਂ ਤੁਸੀਂ ਕਰਨੀ ਹੈ ਸੁਨ ਵਜ਼ੀਰ ਤੇ ਗੁਰ ਕੀ ਗਾਥਾ ਠਾਨੀ ਮੌਨ ਜਿਤਕ ਗਿਰਨਾਥ ਸਾਰੇ ਪਹਾੜੀ ਰਾਜੇ ਇੱਕ ਬੜੀ ਚੁੱਪ ਹੋ ਗਏ ਦੀ ਸਾਰੇ ਹਾਂਜੀ ਭੀਮਚੰਦ ਕੋ ਚਿੰਤ ਬਿਲੰਦਾ ਹੁਣ ਚਿੰਤਾ ਤੇ ਭੀਮਚੰਦ ਨੂੰ ਲੱਗੀ ਆ ਨਾ ਮਾੜਾ ਸੰਗ ਪਹਾੜੀ ਰਾਜੇ ਸਾਰੇ ਮਾੜੇ ਬੋਲੇ ਜੀ ਚਿੰਤਾ ਲੱਗੀ ਭੀਮਚੰਦ ਨੂੰ ਵੀ ਹੁਣ ਕੀ ਬਣੇਗਾ ਸ਼ੰਦ ਬੰਦ ਕੋ ਨਹੀਂ ਪੁਜੰਦਾ ਸੁਨ ਵਜ਼ੀਰ ਤੈ ਮੰਤਰ ਬਤਾਵਾ ਦੂਲੋ ਇਕਲ ਚਹੇ ਪਠਾਵਾ ਕਹਿੰਦਾ ਵਜ਼ੀਰ ਜਿਵੇਂ ਤੂੰ ਕਿਹਾ ਵੀ ਲਾੜਾ ਕੱਲਾ ਪੇਜ ਦਿੱਗੇ ਜੇ ਸਤਗੁਰ ਗਹਿ ਕਰ ਹੈ ਕੈਦ ਤੇ ਜੇ ਲਾੜਾ ਲੰਘਦਾ ਹੋਇਆ ਤੇ ਗੁਰੂ ਜੀ ਨੇ ਫੜ ਕੇ ਕੈਦ ਕਰ ਲਿਆ ਤੇ ਫਿਰ ਕੀ ਕਰਾਂਗੇ ਹਾਂਜੀ ਬਾਹਰ ਛੁਟਾਵਲ ਕਹਾ ਉਮੈਦ ਫਿਰ ਉਮੀਦ ਵੀ ਨਹੀਂ ਆਗੀ ਵੀ ਲਾੜਾ ਛੁੱਟੇਗਾ ਵੇ ਲੋ ਕਿੱਡਾ ਡਰਦਾ ਏ ਹਾਂਜੀ ਪ੍ਰੀਯ ਸੁਤ ਕੋ ਇਮ ਬਿਗਨ ਵਿਸਾਲਾ ਮੈਂ ਮੇ ਆਪਣੇ ਪਿਆਰੇ ਪੁੱਤ ਨੂੰ ਇੰਨੇ ਵੱਡੇ ਸੰਕਟ ਚ ਕਿਵੇਂ ਪਾਦਾ ਮੋਤੇ ਸਹਿਓ ਨਾ ਜਾਏ ਕਰਾਲਾ ਇਹ ਤਾਂ ਮੇਰ ਕੋ ਨਹੀਂ ਸਹਿਣ ਹੋਏਗਾ ਅਪਜਸ ਜਗ ਮੈਂ ਭਖ ਐ ਸਾਰੇ ਬੁੱਧ ਅਰਬਲ ਮੇਰੋ ਤਿਤ ਘਾਰੇ ਲੋਕਾਂ ਨੇ ਤਾਂ ਮੇਰੀ ਲਾਹ-ਪਾਹ ਕਰਨੀ ਐ ਬੇਇੱਜ਼ਤੀ ਹੋਏਗੀ ਪੁੱਤ ਭੇਜਤਾ ਤੇ ਪੁੱਤ ਵੀ ਫੜ ਕੇ ਕੈਦ ਕਰ ਲਿਆ ਤੇ ਫਿਰ ਕੀ ਕਰਾਂਗੇ ਸੁਨ ਪ੍ਰਧਾਨ ਬਖਾਨੇ ਬੈਨ ਉਹ ਵਜ਼ੀਰ ਕਹਿਣ ਲੱਗਾ ਭੋਗ ਗ੍ਰਿੰਦਰ ਇਮ ਕੀ ਜਹ ਭੈਨ ਹਾਂਜੀ ਗਿੰਦਾ ਭੋਗ ਗ੍ਰਿੰਦਰ ਇਮ ਕੀ ਜੇ ਭੈ ਨਾ ਕਹਿੰਦਾ ਰਾਜਾ ਜੀ ਇਸ ਗੱਲ ਤੋਂ ਡਰੋ ਨਾ ਵੀ ਗੁਰੂ ਤੁਹਾਡੇ ਪੁੱਤ ਨੂੰ ਫੜ ਕੇ ਕੈਦ ਕਰ ਲੈਣਗੇ ਇਹ ਭੈ ਨਾ ਰੱਖੋ ਡਰ ਨਾ ਰੱਖੋ ਗੁਰੂ ਗੰਭੀਰ ਧੀਰ ਬਲਬੀਰ ਤਾਰੀਫ ਤੇ ਉਹ ਹੈ ਜਿਹੜਾ ਦੁਸ਼ਮਣ ਵੀ ਕਰੇ ਜੀ ਕਹਿੰਦਾ ਗੁਰੂ ਜੀ ਬੜੇ ਗੰਭੀਰ ਨੇ ਜਿੱਥੇ ਗੰਭੀਰ ਨੇ ਉੱਥੇ ਤੀਰਜ ਵੀ ਬੜਾ ਜੀ ਕਈ ਕਾਲੇ ਪੈ ਜਾਂਦੇ ਜੀ ਸ਼ਕਤੀ ਵਾਲੇ ਤੇ ਹੁੰਦੇ ਕਾਲੇ ਪੈਂਦੇ ਕਹਿੰਦੇ ਮਹਾਰਾਜ ਚ ਤੀਰਜ ਵੀ ਬੜਾ ਗੰਭੀਰ ਵੀ ਬੜੇ ਹਨ ਇਮ ਨਹਿ ਕਰਹਿ ਗਏ ਤੇ ਤੀਰ ਜੇ ਕੋਈ ਇੰਜ ਜਾਏਗਾ ਤੇ ਐਵੇਂ ਨਹੀਂ ਫੜ ਕੇ ਕੈਦ ਕਰ ਲੈਣਗੇ ਮਹਾਰਾਜ ਹਾਂਜੀ ਮਹਾ ਕਿਰਪਾਲ ਗਿਆਨ ਗੁਣਵੰਤ ਕਹਿੰਦਾ ਉਹ ਬੜੇ ਕਿਰਪਾਲੂ ਨੇ ਦੁਸ਼ਮਣਾਂ ਦੀ ਸਭਾ ਲੱਗੀ ਆਪਣੇ ਆਪ ਨੂੰ ਦੁਸ਼ਮਣ ਹੀ ਮੰਨਦੇ ਉਹਦੇ ਵਿੱਚ ਵੀ ਤਾਰੀਫ ਹੋ ਰਹੀ ਕਹਿੰਦਾ ਉਹ ਬੜੇ ਕਿਰਪਾਲੂ ਐ ਬੜੇ ਗਿਆਨੀ ਐ ਬੜੇ ਗੁਣ ਨੇ ਉਹਨਾਂ ਵਿੱਚ ਅਸਕਾਰਜਨਹਿ ਕਰਹ ਕਦੰਤ ਉਹ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰਨਗੇ ਜਿਹੜੀ ਗੱਲ ਤੁਸੀਂ ਕਹੀ ਹੈ ਔਰਨ ਚਿੰਤ ਹੋਏ ਸੁੱਤ ਪਠ ਦੀਜੈ ਇਸ ਕਰਕੇ ਮਨ ਦੀ ਚਿੰਤਾ ਦੂਰ ਕਰਕੇ ਨਿਸ਼ਚਿੰਤ ਹੋ ਕੇ ਆਪਣੇ ਪੁੱਤਰ ਨੂੰ ਤੋਰ ਦਿਓ ਮਾਰਗ ਅਪਰ ਆਪ ਗਮਨੀਜੈ ਆਪ ਦੂਜੇ ਰਸਤੇ ਤੋਂ ਚਲੇ ਜਾਓ ਸਾਰੇ ਹਾਂਜੀ ਮਸਲਤ ਸਾਰ ਮਾਨ ਇਹ ਮੇਰੀ ਹਾਂਜੀ ਜਾਨ ਆਪਣੀ ਸ਼ੇਮ ਭਲੇਰੀ ਹਾਂਜੀ ਅਪਰ ਉਪਾਏ ਨਹੀਂ ਬਨ ਆਵੇ ਜਿਸਤੇ ਸ੍ਰੀ ਨਗਰ ਮਹਿ ਜਾਵੇ ਕਹਿੰਦਾ ਮੇਰੀ ਤਾਂ ਇਹੋ ਹੀ ਰਾਏ ਹੈ ਮੰਨਣਾ ਤਾਂ ਦੋਲੇ ਨੂੰ ਭੇਜ ਦਿਓ ਤੁਸੀਂ ਹੋਰ ਰਾਏ ਆਜੋ ਹੋਰ ਕੋਈ ਰਸਤਾ ਨਹੀਂ ਤੇ ਹੈਗਾ ਸ਼੍ਰੀਨਗਰ ਪਹੁੰਚਣ ਦਾ ਅੱਗੋਂ ਕੀ ਹੋਏਗਾ ਕੱਲ ਦੇ دیਵਾਨਾ ਵਿੱਚ ਸਰਵਣ ਕਰਾਂਗੇ ਜੀ ਇੱਕੋ ਹੀ ਬੜਕ ਮਾਰੀ ਤੇ ਮਹਾਰਾਜ ਨੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਫਿਕਰਾਂ ਪੈ ਗਈਆਂ ਸਾਰਿਆਂ ਨੂੰ ਆਪ ਇਹ ਕਿੰਨੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਪਰ ਮਹਾਰਾਜ ਨੇ ਇੱਕੋ ਹੀ ਬਚਨ ਕੀਤਾ ਸਾਰੇ ਚਿੰਤਾਤ ਹੋਏ ਬੈਠੇ ਨੇ ਜੀ ਅੱਗੋਂ ਕੀ ਹੁੰਦਾ ਹੈ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ